ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਪੜਾਂਗੇ ਲੈਕਚਰਰ ਦੇ ਪਾਠਕ੍ਰਮ ਦਾ ਜਿਹੜਾ ਚੌਥਾ ਪਾਰਟ ਹੈ ਉਸ ਦੇ ਬਾਰੇ। ਚੌਥੇ ਪਾਰਟ ਬਾਰੇ ਮੈਂ ਤੁਹਾਨੂੰ ਦੱਸਦਾ, ਇਹਦੇ ਅੰਦਰ ਤਿੰਨ ਹਿੱਸੇ ਹੈ। ਪਹਿਲਾ ਹਿੱਸਾ ਜਿਹੜਾ ਉਹ ਸਿੱਖਿਆ ਮਨੋਵਿਗਿਆਨ ਤੋਂ ਸੰਬੰਧਿਤ ਹੈ, ਦੂਜਾ ਸਿੱਖਿਆ ਸ਼ਾਸਤਰ ਤੇ TLM ਤੋਂ ਸੰਬੰਧਿਤ ਹੈ ਭਾਈ, ਔਰ ਤੀਜਾ ਹਿੱਸਾ ਹੈ ਜਿਹੜਾ ਉਹ ICT ਲੈਬ ਤੇ ਕੰਪਿਊਟਰ ਸੋਫਟਵੇਅਰ ਹਾਰਡਵੇਅਰ ਤੋਂ ਸੰਬੰਧਿਤ ਹੈ। ਇਹ ਮੁੱਖ ਬਿੰਦੂ ਨੇ ਜਿਹੜੇ ਉਹਦੇ ਵਿੱਚ ਸ਼ਾਮਿਲ ਨੇ। ਇਸ ਵਿੱਚ ਕਿੱਥੇ ਵੀ ਕੋਈ ਸਿੱਖਣ ਵਿਧੀ ਹੈ ਜਿਹੜੀ ਉਹ ਨਹੀਂ ਹੈ, ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਿਓ। ਹੁਣ ਤਿੰਨੋਂ ਹੀ ਪਾਰਟ ਹੈ, ਸਿਰਫ ਤੁਸੀਂ ਇਹਨੂੰ 10 ਦਿਨਾਂ ਦੇ ਅੰਦਰ ਜਾਂ ਮੈਂ ਕਹਿੰਦਾ ਹਫਤੇ ਦੇ ਅੰਦਰ ਤੁਸੀਂ ਕਵਰ ਕਰ ਸਕਦੇ ਹੋ, ਔਰ ਬਹੁਤ ਹੀ ਸੌਖਾ ਹੈਗਾ। ਇਹ ਤੋਂ ਕਰਨ ਦੀ ਲੋੜ ਹੈ। ਹੁਣ ਉਹਦੇ ਵਿੱਚ ਇੱਕ ਨਮੂਨੇ ਦੇ ਤੌਰ ਤੇ ਮੈਂ ਲੈ ਕੇ ਹਾਜ਼ਰ ਹਾਂ ਭਾਈ, ਤੁਸੀਂ ਇਸ ਕਲਾਸ ਨੂੰ ਵੱਧ ਤੋਂ ਵੱਧ ਜੋ ਹੈ ਸ਼ੇਅਰ ਕਰਨਾ ਹੈ, ਤਾਂ ਕਿ ਹਰ ਬੱਚੇ ਦੇ ਦਿਮਾਗ ਦੇ ਵਿੱਚੋਂ ਔਰ ਦਿਲ ਦੇ ਵਿੱਚੋਂ ਆ ਵਹਿਮ ਨਿਕਲ ਜਾਵੇ ਵੀ ਸਿੱਖਿਆ ਮਨੋਵਿਗਿਆਨ ਦਾ ਮੈਟਰ ਬਈ ਹੈ ਨੀ ਗਾ। ਕਈ ਕੀ ਕਰ ਰਹੇ ਕਿ ਹਿੰਦੀ ਤੋਂ ਪੰਜਾਬੀ ਚ ਕਨਵਰਟ ਕਰ ਰਹੇ, ਨਹੀਂ ਆਪਣੇ ਪੰਜਾਬੀ ਦਾ ਵਿਰਸਾ ਅਮੀਰ ਵਿਰਸਾ ਹੈ ਭਾਈ। ਪੰਜਾਬ ਦੇ ਵਿੱਚ MEd BEd ਦੀਆਂ ਜਿਹੜੀਆਂ ਕਿਤਾਬਾਂ ਨੇ ਉਹਦੇ ਅੰਦਰ ਵਾਧੂ ਮੈਟਰ ਪਿਆ ਹੋਇਆ, ਕੰਪਿਊਟਰ ਦਾ MA BA ਦੀ ਕਿਤਾਬਾਂ ਚ ਪਿਆ ਹੋਇਆ, ਸਿੱਖਿਆ ਸ਼ਾਸਤਰ ਤੇ ਮਨੋਵਿਗਿਆਨ ਦਾ ਜਿਹੜਾ ਉਹ MEd BEd ਦੀਆਂ ਕਿਤਾਬਾਂ ਚ ਪਿਆ, ਉਹ ਬੜਾ ਹੀ ਮਿਆਰੀ ਸਰਮਾਇਆ ਹੈ, ਉੱਥੋਂ ਤੁਸੀਂ ਪੜ੍ਹ ਸਕਦੇ ਹੋ ਜਾਂ ਮੇਰੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ ਭਾਈ, ਜਿਵੇਂ ਤੁਹਾਨੂੰ ਚੰਗਾ ਲੱਗੇ। ਲੈਕਚਰਰ ਤੇ ਸੈਕੰਡ ਗ੍ਰੇਡ ਦਾ ਸਾਰਾ ਕੋਰਸ ਹੈ ਜਿਹੜਾ ਉਹ ਪੂਰਾ ਹੋ ਚੁੱਕਿਆ ਹੈ ਭਾਈ। ਹੁਣ ਟੈਸਟ ਸੀਰੀਜ਼ ਵਗੈਰਾ ਚੱਲ ਰਹੀ ਹੈ, ਹੋਰ ਬੱਚਿਆਂ ਨੂੰ ਟ੍ਰੈਂਡ ਕੀਤਾ ਜਾ ਰਿਹਾ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਫੈਸਲਾ ਲੈਣਾ ਹੈ, ਕਿਹੜਾ ਪ੍ਰਸ਼ਨ ਛੱਡੀਏ, ਕਿਹੜਾ ਕਰੀਏ, ਵਿਸ਼ਲੇਸ਼ਣ ਕਿੱਦਾਂ ਕਰੀਏ, ਔਰ ਜੇ ਦੋ ਚ ਫਸ ਜਾਂਦੇ 50-50 ਚੋਂ ਤਾਂ ਕਿੱਦਾਂ ਨਿਕਲਣਾ, ਸਹੀ ਤਰਫ ਕਿਵੇਂ ਮੂਵ ਕਰਨਾ ਹੈ, ਇਸ ਸਾਰੀ ਗੱਲਾਂ ਦੀ ਟ੍ਰੇਨਿੰਗ ਹੈ ਟੈਸਟ ਸੀਰੀਜ਼ ਦੇ ਅੰਦਰ ਦਿੰਦੇ ਹਾਂ ਭਾਈ। ਆਓ ਸ਼ੁਰੂ ਕਰੀਏ ਭਾਵਨਾਤਮਕ ਬੁੱਧੀ, ਇਮੋਸ਼ਨਲ ਭਾਵਨਾਤਮਕ ਬੁੱਧੀ, ਇਮੋਸ਼ਨਲ ਇੰਟੈਲੀਜੈਂਸ। ਭਾਵਨਾਤਮਕ ਬੁੱਧੀ ਹੈ ਉਹ ਇੱਕ ਨਵਾਂ ਸੰਕਲਪ ਹੈ ਭਾਈ। 1980 ਦੇ ਆਸੇ ਪਾਸੇ ਦੋ ਅਮਰੀਕੀ ਮਨੋਵਿਗਿਆਨ ਪੀਟਰ ਸੋਲੋਵੀ ਤੇ ਜਾਨਸ ਮੇਅਰ, ਇਹਨਾਂ ਦੋਨਾਂ ਨੇ ਆ ਸੰਕਲਪ ਦਿੱਤਾ ਬਈ। ਨਾਮ ਯਾਦ ਰੱਖਣੇ ਹੈ, ਭਾਵਨਾਤਮਕ ਬੁੱਧੀ ਦਾ ਸੰਕਲਪ ਦੇਣ ਵਾਲੇ ਪੀਟਰ ਸੋਲੋਵੀ ਤੇ ਜੌਨ ਮੇਅਰ। ਇਹ ਧਾਰਨਾ ਉਦੋਂ ਹੋਂਦ ਵਿੱਚ ਆਈ ਜਦੋਂ ਉਹ ਕੁਝ ਮਨੁੱਖੀ ਗੁਣ ਜਿਵੇਂ ਸਦਭਾਵਨਾ, ਸਵੈ ਚੇਤਨਤਾ, ਸਵੰਗਿਕ ਕੰਟਰੋਲ, ਆਪਣੇ ਸਵੇਗਾਂ ਦੇ ਉੱਤੇ ਭਾਵਨਾਵਾਂ ਦੇ ਉੱਤੇ ਕੰਟਰੋਲ ਆਦਿ ਮੁੱਦਿਆਂ ਤੱਕ ਉਹਨਾਂ ਨੇ 15 ਸਾਲ ਤੱਕ ਕੰਮ ਕਰਦੇ ਰਹੇ, ਔਰ ਇਸ ਤੋਂ ਬਾਅਦ ਜਿਹੜਾ ਹੈ ਫਲਸਫਾ ਸਾਹਮਣੇ ਆਇਆ ਭਾਈ। ਇਸ ਤੋਂ ਬਾਅਦ ਨਿਊਯਾਰਕ ਟਾਈਮ ਦਾ ਮਨੋਵਿਗਿਆਨੀ ਸੀਗਾ ਡੈਨੀਅਲ ਗੋਲਮੈਨ ਨੇ ਇਸ ਸੰਕਲਪ ਦਾ ਸਮਰਥਨ ਕੀਤਾ, ਇਹਨਾਂ ਦਾ ਸਮਰਥਨ ਕੀਤਾ ਭਾਈ, ਪੀਟਰ ਸੋਲੋਵੀ ਤੇ ਜੌਨ ਮੇਅਰ ਦੇ ਸੰਕਲਪ ਦਾ ਸਮਰਥਨ ਕੀਤਾ ਅਤੇ ਇਸ ਨੂੰ ਅਪਣਾਇਆ। ਉਸਨੇ ਇਸਨੂੰ ਆਪਣੀ ਸਭ ਤੋਂ ਚੰਗੀ ਤੇ ਸਭ ਤੋਂ ਵੱਧ ਵਿਕਣ ਵਾਲੀ ਪੁਸਤਕ ਸੀ ਜਿਹੜੀ ਡੈਨੀਅਲ ਗੋਲਮੈਨ ਦੀ, ਉਸ ਦੇ ਵਿੱਚ ਇਸਦਾ ਇੰਦਰਾਜ਼ ਕੀਤਾ ਬਈ। ਡੈਨੀਅਲ ਗੋਲਮੈਨ ਦੀ ਜਿਹੜੀ ਪੁਸਤਕ ਸੀ ਇਮੋਸ਼ਨਲ ਇੰਟੈਲੀਜੈਂਸ, ਵਾਈ ਇਟ ਮੈਟਰ ਮੋਰ ਦੈਨ IQ, ਬਈ ਇਮੋਸ਼ਨਲ ਇੰਟੈਲੀਜੈਂਸ ਹੈ ਉਹ IQ ਤੋਂ ਉੱਤੇ ਕਿੱਦਾਂ ਹੈ। ਉਹਨੇ ਆ ਵੀ ਦੱਸਿਆ ਕਿ ਜ਼ਿੰਦਗੀ ਵਿੱਚ ਪ੍ਰਭਾਵਸ਼ਾਲੀ ਵਿਅਕਤੀ ਬਣਨ ਲਈ ਸਧਾਰਨ ਬੁੱਧੀ ਹੈ ਜਿਹੜੀ ਉਹ 20%, ਔਰ ਭਾਵਨਾਤਮਕ ਬੁੱਧੀ ਹੈ ਜਿਹੜੀ ਉਹ 80% ਕੰਮ ਕਰਦੀ ਹੈ ਭਾਈ। ਇਹਦਾ ਜਿਹੜਾ ਹੈ 80% ਹਿੱਸਾ ਹੈ ਭਾਵਨਾਤਮਕ ਬੁੱਧੀ ਦਾ, ਔਰ IQ ਹੈ ਜਿਹੜਾ ਕਿ ਜਿੰਨਾ IQ ਹੋਵੇ ਬਈ, IQ ਤੇਜ਼ ਹੋਵੇ ਉਹ ਬਹੁਤ ਮਤਲਬ ਕਾਮਯਾਬ ਹੁੰਦਾ। ਉਹ ਕਹਿੰਦਾ ਇਹਨਾਂ ਚੀਜ਼ਾਂ ਨਾਲ ਕਾਮਯਾਬੀ ਦਾ ਆਪਾਂ ਨਹੀਂ ਜੋੜ ਸਕਦੇ ਇਹਨੂੰ।
ਤੇ ਕਹਿੰਦਾ ਅਗਰ ਜ਼ਿੰਦਗੀ ਦੇ ਵਿੱਚ ਪ੍ਰਭਾਵਸ਼ਾਲੀ ਵਿਅਕਤੀ ਤਾਂ ਅਗਰ ਜੀਣਾ ਹੈ ਤਾਂ ਜਿਹੜੀ ਆ ਭਾਵਨਾਤਮਕ ਬੁੱਧੀ ਹੈ ਉਹ 80% ਕੰਮ ਕਰੇਗੀ ਔਰ IQ ਹੈ ਜਿਹੜਾ ਉਹ ਸਧਾਰਨ ਬੁੱਧੀ ਹੈ ਜਿਹੜੀ ਉਹ 20% ਕੰਮ ਕਰੇਗੀ ਭਾਈ ਸਧਾਰਨ ਬੁੱਧੀ ਤੇ ਇਸ ਲਈ ਤੁਸੀਂ ਵੇਖਿਆ ਹੋਵੇਗਾ ਤੇਜ਼ ਦਿਮਾਗ ਵਾਲੇ ਬੰਦੇ ਵੀ ਕਈ ਵਾਰ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੁੰਦੇ ਔਰ ਸਧਾਰਨ ਬੁੱਧੀ ਵਾਲੇ ਬੰਦੇ ਜਿਨ੍ਹਾਂ ਦੀ ਭਾਵਨਾਤਮਕ ਬੁੱਧੀ ਹੈ ਉਹ ਚੰਗੀ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਕਾਮਯਾਬ ਹੁੰਦੇ ਆ ਆਪਣੇ ਪਰਿਵਾਰ ਦੇ ਅੰਦਰ ਦੇਖਿਆ ਹੋਵੇਗਾ ਬੜੇ ਕਾਮਯਾਬ ਹੁੰਦੇ ਤੁਸੀਂ ਵੇਖਿਆ ਹੋਵੇਗਾ ਦੋ IAS ਹੈ ਦੋ ਵੱਡੇ IAS ਹੈ ਬੜੇ ਉਹਨਾਂ ਦਾ ਦਿਮਾਗੀ ਸਧਾਰਨ ਬੁੱਧੀ ਬੜੀ ਤੇਜ਼ ਹੈ ਪਰੰਤੂ ਫਿਰ ਵੀ ਉਹਨਾਂ ਦੇ ਤਲਾਕ ਹੋ ਜਾਂਦੇ ਆ ਭਾਈ ਹੋਰ ਵੀ ਵੱਡੇ ਲੋਕ ਹੈ ਤਲਾਕ ਹੋ ਜਾਂਦੇ ਆ ਦੂਜਾ ਵਿਆਹ ਕਰਾ ਲੈਂਦੇ ਆ ਪਰ ਇੱਕ ਭਾਵਨਾਤਮਕ ਬੁੱਧੀ ਜਿਹੜਾ ਰੱਖਣ ਵਾਲੀ ਇੱਕ ਸਧਾਰਨ ਜੀ ਔਰਤ ਹੈ ਸਧਾਰਨ ਜਿਹਾ ਬੰਦਾ ਜਿਹਨਾਂ ਦਾ ਦਿਮਾਗ ਇੰਨਾ ਤੇਜ਼ ਨਹੀਂ ਗਾ ਪਰੰਤੂ ਫਿਰ ਵੀ ਉਹਨਾਂ ਦੀ ਟਿਊਨਿੰਗ ਬੜੀ ਤਕੜੀ ਹੈ ਉਹਨਾਂ ਦਾ ਪ੍ਰੇਮ ਪਿਆਰ ਬੜਾ ਤਕੜਾ ਆਪਸ ਵਿੱਚ ਪਿਆਰ ਪਰਿਵਾਰ ਦੇ ਵਿੱਚ ਪਿਆਰ ਪਿਆਰ ਹੈ ਖੁਸ਼ੀਆਂ ਬੜੀਆਂ ਨੇ ਤੇ ਉਹ ਉਹਨਾਂ ਤੋਂ ਵੱਧ ਕਾਮਯਾਬ ਹੋਏ ਨਾ ਗ੍ਰਸਤੀ ਚਲਾਉਣ ਦੇ ਅੰਦਰ ਤਾਂ ਉਹ ਕਹਿੰਦਾ ਭਾਵਨਾਤਮਕ ਬੁੱਧੀ ਹੈ ਉਸ ਦਾ ਵੀ ਬੜਾ ਮਹੱਤਵ ਹੈ ਹੁਣ ਇਸੇ ਕਾਰਨ ਆਪਣੇ ਸਿਲੇਬਸ ਦੇ ਅੰਦਰ ਦੇਖਿਆ ਜਾਵੇ ਤਾਂ ਭਾਵਨਾਤਮਕ ਬੁੱਧੀ ਇਮੋਸ਼ਨਲ ਇੰਟੈਲੀਜੈਂਸ ਹੈ ਉਹ ਲੈਕਚਰਾਂ ਦੇ ਪਾਠਕ੍ਰਮ ਸ਼ਾਮਿਲ ਕੀਤਾ ਗਿਆ ਭਾਈ ਮਾਸਟਰ ਦੇ ਅੰਦਰ ਵੀ ਇੱਕ ਅਧਿਆਪਕ ਦੇ ਅੰਦਰ ਵੀ ਇਮੋਸ਼ਨਲ ਇੰਟੈਲੀਜੈਂਸ ਹੋਵੇ ਇਮੋਸ਼ਨਲ ਅਟੈਚਮੈਂਟ ਬੱਚਿਆਂ ਦੇ ਨਾਲ ਜਦੋਂ ਬਣਾ ਲਏਗਾ ਤਾਂ ਪੜ੍ਹਾਈ ਜ਼ੋਰਦਾਰ ਹੋ ਜਾਏਗੀ ਭਾਈ ਬਹੁਤ ਤੇਜ਼ ਹੈ ਬਹੁਤ ਦਿਮਾਗ ਵਾਲਾ ਮਾਸਟਰ ਹੈਗਾ ਭਾਈ ਪਰ ਇਮੋਸ਼ਨਲ ਤਰੀਕੇ ਨਾਲ ਅਗਰ ਬੱਚਿਆਂ ਨਾਲ ਨਹੀਂ ਜੁੜਿਆ ਤਾਂ ਫਿਰ ਸਾਰਾ ਪਾਣੀ ਫਿਰ ਗਿਆ ਇਸੇ ਮੁੱਦੇ ਉੱਤੇ ਗੱਲ ਕਰਾਂਗੇ ਭਾਈ ਔਰ ਨੇਤੇ ਆ ਜਿਹੜੇ ਨਾ ਉਹ ਬੜੀ ਭਾਵਨਾਤਮਕ ਬੁੱਧੀ ਦੀ ਵਰਤੋਂ ਕਰਦੇ ਹੈਗੇ ਆ ਭਾਈ ਅਗਲਿਆਂ ਦੀਆਂ ਭਾਵਨਾਵਾਂ ਦੇ ਨਾਲ ਕਿੱਦਾਂ ਜੁੜ ਜਾਂਦੇ ਆ ਕਿੱਦਾਂ ਅਟੈਚਮੈਂਟ ਕਰ ਲੈਂਦੇ ਆ ਤੇ ਜਿੰਨੀ ਵੱਡੀ ਭਾਵਨਾਤਮਕ ਬੁੱਧੀ ਹੋਊਗੀ ਉਨਾ ਵੱਡਾ ਉਹ ਨੇਤਾ ਹੋਊਗਾ ਇਹ ਜ਼ਰੂਰੀ ਨਹੀਂ ਕਿ ਉਹ ਬਹੁਤ ਤਕੜੇ ਦਿਮਾਗ ਵਾਲਾ ਹੋਵੇ ਭਾਵਨਾਤਮਕ ਬੁੱਧੀ ਦੇ ਸੰਕਲਪ ਬਾਰੇ ਅਗਰ ਆਪਾਂ ਗੱਲ ਕਰੀਏ ਸ਼ਬਦ ਭਾਵਨਾਤਮਕ ਬੁੱਧੀ ਇਮੋਸ਼ਨਲ ਇੰਟੈਲੀਜੈਂਸ ਅਤੇ ਭਾਵਨਾਤਮਕ ਅੰਕ ਇਹਦਾ ਅੰਕਣ ਵੀ ਦਿੱਤਾ ਗਿਆ ਹੈ ਵਿਅਕਤੀ ਦੀ ਸ਼ਖਸੀਅਤ ਦੇ ਸਮਾਨ ਪੱਖ ਨੂੰ ਪ੍ਰਗਟਾਉਣ ਲਈ ਵਰਤੇ ਜਾਂਦੇ ਨੇ ਆਮ ਸ਼ਬਦਾਂ 'ਚ ਅਗਰ ਆਪਾਂ ਕਹਿ ਲਈਏ ਜੇ ਇੱਕ ਲੈਣ ਕੀ ਵਰਡਸ ਅਗਰ ਕਹਿਣੇ ਹੋਣ ਸੰਖੇਪ 'ਚ ਕਹਿਣਾ ਹੋਵੇ ਤਾਂ ਭਾਵਨਾਤਮਕ ਬੁੱਧੀ ਸਥਿਤੀ ਦੀ ਮੰਗ ਦੇ ਅਨੁਸਾਰ ਵਿਵਹਾਰ ਕਰਨ ਦੀ ਯੋਗਤਾ ਹੈ ਦੁਬਾਰਾ ਫਿਰ ਭਾਵਨਾਤਮਕ ਬੁੱਧੀ ਹੈ ਨਾ ਸਥਿਤੀ ਦੀ ਜਿਹੜੀ ਮੰਗ ਹੈ ਉਸ ਦੇ ਅਨੁਸਾਰ ਆਪਾਂ ਵਿਵਹਾਰ ਕਰੀਏ ਆਚਰਣ ਕਰਨ ਦੀ ਜਿਹੜੀ ਯੋਗਤਾ ਹੈ ਆਪਣੇ ਗੁਣ ਹੈ ਉਹ ਭਾਵਨਾਤਮਕ ਬੁੱਧੀ ਹੈ ਔਰ ਜਿਹਦੇ ਵਿੱਚ ਭਾਵਨਾਤਮਕ ਬੁੱਧੀ ਜਿੰਨੀ ਵੱਧ ਹੁੰਦੀ ਹੈ ਉਹ ਮਾਹੌਲ ਦੇਖ ਲੈਂਦਾ ਬਈ ਆਪਣੇ ਘਰ ਮਾਹੌਲ ਕਿਵੇਂ ਚੱਲ ਰਿਹਾ ਸਕੂਲ ਚ ਮਾਹੌਲ ਕਿਵੇਂ ਚੱਲ ਰਿਹਾ ਹੈ ਜਾਂ ਜਿੱਥੇ ਉਹ ਜਾ ਰਿਹਾ ਹੈ ਉਸ ਚ ਮਾਹੌਲ ਹੈ ਉਹ ਕਿੱਦਾਂ ਤਰੀਕੇ ਦਾ ਉਸ ਮਾਹੌਲ ਦੇ ਵਿੱਚ ਉਹ ਆਪਣੇ ਆਪ ਨੂੰ ਢਾਲ ਲੇਗਾ ਔਰ ਉਹਨਾਂ ਨਾਲ ਜਿਹੜੇ ਉਹਦਾ ਆਲਾ ਦੁਆਲਾ ਜਿਹੜੀਆਂ ਸ਼ਖਸੀਅਤਾਂ ਨੇ ਉਹਦੇ ਨਾਲ ਅਟੈਚਮੈਂਟ ਹੈ ਉਹ ਸਥਾਪਿਤ ਕਰ ਲਏਗਾ ਇਹ ਜਿਹੜੇ ਉਹਦੇ ਗੁਣ ਹੈ ਇਹ ਭਾਵਨਾਤਮਕ ਬੁੱਧੀ ਦੇ ਕਾਰਨ ਹੈ ਬਈ ਸਥਿਤੀ ਦੇ ਅਨੁਸਾਰ ਵਿਵਹਾਰ ਆਚਰਣ ਕਰਨ ਦੀ ਯੋਗਤਾ ਜਾਂ ਗੁਣ ਹੈ ਉਹ ਭਾਵਨਾਤਮਕ ਬੁੱਧੀ ਹੈ ਹੁਣ ਕੀ ਹੈ ਕਿ ਡੈਨੀਅਲ ਗੋਲਮੈਨ ਤੇ ਸਾਰਨੀ ਇਹਨਾਂ ਦੀ ਦੋ ਬੰਦਿਆਂ ਦੀ ਪਰਿਭਾਸ਼ਾ ਵੀ ਲੈ ਲੈਂਦੇ ਹਾਂ ਆਪਾਂ ਸਭ ਤੋਂ ਪਹਿਲਾਂ ਡੈਨੀਅਲ ਗੋਲਮੈਨ ਉਹ ਕੀ ਕਹਿੰਦਾ ਹੈ ਕਿ ਭਾਵਨਾਤਮਕ ਬੁੱਧੀ ਆਪਣੇ ਜਿਹੜੇ ਸੰਵੇਗ ਨੇ ਉਹਨਾਂ ਨੂੰ ਜਾਣਨਾ ਦੇਖਭਾਲ ਕਰਨਾ ਅਤੇ ਦੂਜਿਆਂ ਵਿੱਚ ਇਹਨਾਂ ਦੀ ਪਹਿਚਾਣ ਕਰਨਾ ਅਤੇ ਆਪਣੇ ਸੰਬੰਧਾਂ ਨੂੰ ਸੰਭਾਲਣਾ ਹੈ ਆਪਣੀਆਂ ਕਹਿਣ ਦਾ ਭਾਵ ਕਿ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਕਰੋ ਐਵੇਂ ਨਾ ਤੁਹਾਨੂੰ ਗੁੱਸਾ ਆ ਰਿਹਾ ਤੁਸੀਂ ਦੂਜੇ ਉੱਤੇ ਕੱਢ ਦਿਓ ਨਹੀਂ ਆਪਣੀ ਭਾਵਨਾਵਾਂ ਤੇ ਕੰਟਰੋਲ ਕਰੋ ਉਹਨੂੰ ਦੇਖੋ ਸੰਭਾਲੋ ਪੂਰਨ ਤਰ੍ਹਾਂ ਕੰਟਰੋਲ ਕਰੋ ਦੂਜੀ ਦੀ ਭਾਵਨਾਵਾਂ ਨੂੰ ਸਮਝੋ ਹੋਰ ਫਿਰ ਉਹਦੇ ਨਾਲ ਇੱਕ ਸੰਬੰਧ ਸਥਾਪਿਤ ਕਰ ਲਓ ਇਹ ਗੱਲ ਹੈ ਜੋ ਕਹਿਣਾ ਚਾਹੁੰਦਾ ਹੈ ਸਾਰਨੀ ਕੀ ਕਹਿੰਦਾ ਹੈ ਸਾਰਨੀ ਕਹਿੰਦਾ ਹੈ ਕਿ ਆਪਣੀ ਜ਼ਿੰਦਗੀ ਦੇ ਸਮਾਜਿਕ ਅਤੇ ਭਾਵਨਾਤਮਕ ਤੱਥਾਂ ਨੂੰ ਸਮਝਣਾ ਸੰਭਾਲਣਾ ਅਤੇ ਪ੍ਰਗਟ ਕਰਨ ਦੀ ਯੋਗਤਾ ਹੈ ਜਿਸ ਰਾਹੀਂ ਜ਼ਿੰਦਗੀ 'ਚ ਸਫਲ ਪ੍ਰਬੰਧ 'ਚ ਮਦਦ ਮਿਲਦੀ ਹੈ ਇਮੋਸ਼ਨਲ ਇੰਟੈਲੀਜੈਂਸ ਆਪਣੇ ਕੋਲ ਅਗਰ ਵਧੀਆ ਤਾਂ ਆਪਾਂ ਆਪਣੇ ਪਰਿਵਾਰ ਦੇ ਅੰਦਰ ਵੀ ਵਧੀਆ ਐਡਜਸਟਮੈਂਟ ਕਰ ਲਾਂਗੇ ਆਪਣੇ ਆਲੇ ਦੁਆਲੇ ਦੇ ਅੰਦਰ ਵੀ ਸਮਾਜ ਦੇ ਅੰਦਰ ਵੀ ਸਕੂਲ ਦੇ ਅੰਦਰ ਵੀ
ਦੂਜਿਆਂ ਦੀ ਭਾਵਨਾਵਾਂ ਦੀ ਕਦਰ ਕਰੋ, ਆਪਣੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਕੰਟਰੋਲ ਦੇ ਵਿੱਚ ਰੱਖੋ। ਕਦੇ ਗੁੱਸਾ ਆ ਰਿਹਾ, ਕਦੇ ਦੁਖੀ ਹੋ ਰਿਹਾ, ਕਦੇ ਰੋ ਰਿਹਾ, ਕਦੇ ਕੀ ਕਰ ਰਿਹਾ, ਤਰ੍ਹਾਂ ਤਰ੍ਹਾਂ ਦੇ ਖੇਕਣ ਜਾਂ ਜਿਹੜੇ ਉਹ ਇਮੋਸ਼ਨਸ ਨੇ ਬਾਹਰ ਆ ਰਹੇ ਨੇ ਉਹਨਾਂ ਨੂੰ ਪੂਰਨ ਕੰਟਰੋਲ ਚ ਰੱਖਣਾ। ਹੋਰ ਕਿਵੇਂ ਕਿਸ ਨਾਲ ਇਮੋਸ਼ਨਲ ਤੌਰ ਤੇ ਜੁੜਨਾ ਹੈ, ਇਹ ਜਿਹੜੀ ਗੱਲ ਹੈ ਉਹ ਸਾਰੀ ਗੱਲ ਹੈ ਉਹ ਇਮੋਸ਼ਨਲ ਇੰਟੈਲੀਜੈਂਸ ਦੇ ਅੰਦਰ ਆਉਂਦੀ ਹੈ। ਜ਼ਰੂਰੀ ਨਹੀਂ ਕਿ ਦਿਮਾਗੀ ਤੌਰ ਤੇ ਤੁਸੀਂ ਬਹੁਤ ਤੇਜ਼ ਹੋ, ਪਰ ਆਹ ਜ਼ਰੂਰੀ ਹੈ ਕਿ ਭਾਵਨਾਤਮਕ ਪੱਧਰ ਤੇ ਜਿਹੜੀ ਤੁਹਾਡੀ ਭਾਵਨਾਤਮਕ ਬੁੱਧੀ ਹੈ ਉਹ ਅਗਰ ਤੇਜ਼ ਹੈ ਤਾਂ ਤੁਸੀਂ ਆਪਣਾ ਜੀਵਨ ਹੈ ਜਿਹੜਾ ਉਹ ਸਫਲ ਕਰ ਜਾਓਗੇ, ਜੀਵਨ ਦਾ ਪ੍ਰਬੰਧ ਹੈ ਉਹ ਸਫਲ ਹੋ ਜਾਵੇਗਾ ਬਈ। ਤੇ ਆਪਾਂ ਸਮਾਜਿਕ ਤੇ ਭਾਵਨਾਤਮਕ, ਸਮਾਜ ਨੂੰ ਸਮਝਣਾ, ਆਪਣੇ ਭਾਵਨਾਤਮਕ ਤੱਥਾਂ ਨੂੰ ਸਮਝਣਾ, ਉਹਨਾਂ ਨੂੰ ਕੰਟਰੋਲ ਕਰਨਾ, ਸੰਭਾਲਣਾ ਅਤੇ ਸਹੀ ਥਾਂ ਤੇ ਪ੍ਰਗਟ ਕਰਨਾ। ਐਵੇਂ ਨਾ ਹੋਵੇ ਅੱਗੇ ਵਿਆਹ ਦਾ ਪ੍ਰੋਗਰਾਮ ਹੋਵੇ ਤੁਸੀਂ ਰੋਣ ਲੱਗ ਜਾਓ, ਰੋਣ ਦਾ ਪ੍ਰੋਗਰਾਮ ਹੋਵੇ ਤੁਸੀਂ ਹੱਸਣ ਲੱਗ ਜਾਓ। ਇਹਦਾ ਨਹੀਂ ਹੈ, ਹਰ ਇੱਕ ਮਨੁੱਖ ਹੈ ਉਹ ਭਾਵਨਾਤਮਕ ਬੁੱਧੀ ਦੀ ਵਰਤੋਂ ਕਰਦਾ ਹੋਇਆ ਮਾਹੌਲ ਦੇ ਹਿਸਾਬ ਨਾਲ ਆਪਣੇ ਵਿਵਹਾਰ ਦੀ ਵਰਤੋਂ ਕਰਦਾ ਹੈ। ਤੇ ਆਪਾਂ ਇਹ ਚੀਜ਼ ਕਰਦੇ ਹਾਂ। ਹਰ ਇੱਕ ਬੰਦਾ ਜਿਹੜਾ ਇਸ ਸਮੇਂ ਵੇਖ ਰਿਹਾ ਹੈ ਉਸਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਬਈ ਕਿੱਥੇ ਰੋਣਾ, ਕਿੱਥੇ ਹੱਸਣਾ, ਕਿੱਥੇ ਚੁੱਪ ਰਹਿਣਾ, ਕਿੱਥੇ ਬੋਲਣਾ, ਕਿੱਥੇ ਹਾ ਹਾ ਕਰਕੇ ਹੱਸਣਾ। ਕਿਵੇਂ ਆਪਾਂ ਉਹ ਗੱਲ ਨਹੀਂ ਕਰਨੀ ਕਿ ਦੂਜੇ ਦੀ ਭਾਵਨਾ ਨੂੰ ਠੇਸ ਪਹੁੰਚ ਜਾਵੇ। ਦੂਜਿਆਂ ਦਾ ਸਤਿਕਾਰ ਪਿਆਰ ਕਰੀਏ, ਭਾਵਨਾਵਾਂ ਦੀ ਕਦਰ ਕਰੀਏ, ਆਪਣੀਆਂ ਜਿਹੜੀਆਂ ਭਾਵਨਾਵਾਂ ਨੇ ਉਹਨੂੰ ਕੰਟਰੋਲ ਕਰੀਏ, ਦੂਜੇ ਦੀ ਭਾਵਨਾਵਾਂ ਨੂੰ ਸਮਝਣਾ, ਆਤਮਸਾਤ ਕਰਨਾ, ਉਹਨਾਂ ਦਾ ਸਹਿਯੋਗ ਕਰਨਾ, ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਤੋਂ ਆਪਾਂ ਜਾਣੂ ਆ। ਇਹ ਜਿਹੜੀ ਸਾਰੀ ਬੁੱਧੀ ਆਪਾਂ ਵਰਤੋਂ ਦੇ ਵਿੱਚ ਕਰ ਰਹੇ ਹਾਂ ਇਹ ਭਾਵਨਾਤਮਕ ਬੁੱਧੀ ਹੀ ਤਾਂ ਹੈ। ਆਪਾਂ ਪਰਿਵਾਰ ਦੇ ਅੰਦਰ, ਆਪਾਂ ਸਮਾਜ ਦੇ ਅੰਦਰ, ਆਪਾਂ ਸਕੂਲ ਦੇ ਅੰਦਰ ਇੱਕ ਦੂਜੇ ਨਾਲ ਭਾਵਨਾਤਮਕ ਤੌਰ ਤੇ ਜੁੜੇ ਹੋਏ ਹਾਂ। ਦੇਖੋ ਦਿਮਾਗੀ ਤੌਰ ਤੇ ਜਿੰਨਾ ਉਹਨਾਂ ਨਾਲ ਜੁੜੋਗੇ ਇੰਨੇ ਵਧੀਆ ਸੰਬੰਧ ਨਹੀਂ ਹੋ ਸਕਣਗੇ, ਪਰੰਤੂ ਭਾਵਨਾਤਮਕ ਪੱਧਰ ਤੇ, ਭਾਵਨਾਤਮਕ ਤੌਰ ਤੇ ਅਗਰ ਤੁਸੀਂ ਆਪਣੇ ਆਲੇ ਦੁਆਲੇ ਨਾਲ ਜੁੜ ਜਾਂਦੇ ਹੋ ਤਾਂ ਉਹ ਜਿਹੜੇ ਰਿਸ਼ਤੇ ਬਣਦੇ ਨੇ ਉਹ ਬੜੇ ਕਾਮਯਾਬ ਹੁੰਦੇ ਨੇ। ਉਹਦੇ ਲਈ ਆਪਾਂ ਇਹਨਾਂ ਦੀ ਵਿਵਹਾਰ ਦੇ ਵਿੱਚ ਵਰਤੋਂ ਕਰਦੇ ਹਾਂ ਤਾਂ ਜਿਹੜੀ ਚੀਜ਼ ਆਪਾਂ ਨੂੰ ਪਤਾ ਹੈ, ਤਾਂ ਮੈਂ ਆਹੀ ਗੱਲ ਕਹਿੰਦਾ ਹੈ ਸਾਥੀਆਂ ਨੂੰ, ਸਕੋਲਰਾਂ ਨੂੰ, ਸਟੂਡੈਂਟਾਂ ਨੂੰ ਕਿ ਜਿਹੜਾ ਕਨਸੈਪਟ, ਜਿਹੜਾ ਸੰਕਲਪ ਆਪਾਂ ਵਰਤਿਆ ਹੋਇਆ, ਆਪਾਂ ਆਪਣੀ ਜ਼ਿੰਦਗੀ ਚ ਢਾਲਿਆ ਹੋਇਆ, ਉਹਨੂੰ ਕੀ ਯਾਦ ਕਰਨਾ। ਜਿਵੇਂ ਕਿ ਆ ਭਾਵਨਾਤਮਕ ਬੁੱਧੀ ਹੈ, ਤੁਹਾਡੇ ਸਾਰਿਆਂ ਕੋਲ ਭਾਵਨਾਤਮਕ ਬੁੱਧੀ ਹੈ, ਤੁਸੀਂ ਸਮਾਜ ਦੇ ਅੰਦਰ, ਆਪਣੇ ਆਲੇ ਦੁਆਲੇ ਦੇ ਅੰਦਰ ਆਪਣੀ ਭਾਵਨਾਵਾਂ ਨੂੰ ਕੰਟਰੋਲ ਰੱਖਦੇ ਹੋ, ਤੁਹਾਨੂੰ ਪਤਾ ਇੱਥੇ ਆ ਗੱਲ ਨਹੀਂ ਕਰਨੀ, ਆਪਣੀਆਂ ਭਾਵਨਾਵਾਂ ਨੂੰ ਸਹੀ ਢੰਗ ਨਾਲ ਦੂਜੇ ਸਾਹਮਣੇ ਰੱਖਦੇ ਹੋ, ਹੋਰ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦੇ ਹੋ, ਉਹਦਾ ਆਦਰ ਸਤਿਕਾਰ ਕਰਦੇ ਹੋ। ਇਸ ਤਰੀਕੇ ਨਾਲ ਜੇ ਕਿਤੇ ਆਪਾਂ ਇਮੋਸ਼ਨਲ ਅਟੈਚਮੈਂਟ ਅਗਰ ਕਿਸੇ ਨਾਲ ਸਥਾਪਿਤ ਕਰ ਲੈਂਦੇ ਹਾਂ, ਜੇ ਵਧੀਆ ਬਿਹਤਰੀਨ ਤਰੀਕੇ ਨਾਲ, ਜਿੰਨਾ ਵਧੀਆ ਆਪਣੇ ਸੰਬੰਧ ਇਮੋਸ਼ਨਲ ਅਟੈਚਮੈਂਟ ਨਾਲ ਬਣਦੇ ਹੈ, ਕਹਿਣ ਦਾ ਭਾਵ ਕਿ ਆਪਣੀ ਜਿਹੜੀ ਭਾਵਨਾਤਮਕ ਬੁੱਧੀ ਹੈ ਉਹਦਾ ਜਿਹੜਾ ਲੇਵਲ ਹੈ ਉਹ ਬਹੁਤ ਵਧੀਆ ਹੈ, ਲੇਵਲ ਬਹੁਤ ਵਧੀਆ। ਆਪਾਂ ਸਾਰਿਆਂ ਨਾਲ ਕੀ ਕਹਿੰਦੇ ਹੈ ਕਿ ਐਡਜਸਟਮੈਂਟ ਹੋ ਜਾਂਦੇ, ਔਰ ਜੇ ਐਡਜਸਟਮੈਂਟ ਨਹੀਂ ਹੁੰਦੇ ਆਪਾਂ ਨੂੰ ਗੱਲ ਤੇ ਗੁੱਸਾ ਆ ਜਾਂਦਾ ਹੈਗਾ। ਜਿਵੇਂ ਕੋਈ ਕਹਿੰਦਾ ਆਪਾਂ ਨੂੰ ਗੁੱਸਾ ਆ ਗਿਆ, ਆਪਾਂ ਨੂੰ ਕਹਿਤਾ, ਫਿਰ ਥੋੜੀ ਦੇਰ ਬਾਅਦ ਆਪਾਂ ਨੂੰ ਫੀਲ ਹੋਇਆ, ਆਪਾਂ ਕਿਹਾ ਨਹੀਂ ਐਵੇਂ ਮੈਨੂੰ ਨਹੀਂ ਕਰਨਾ ਚਾਹੀਦਾ ਸੀ, ਥੋੜੀ ਦੇਰ ਬਾਅਦ ਆਪਾਂ ਐਵੇਂ ਹੋ ਗਏ, ਪਰੰਤੂ ਉਹ ਜਿਹੜੀ ਗੰਢ ਪੈ ਗਈ ਦੋਨਾਂ ਦੇ ਮਨਾਂ ਚ, ਉਹ ਜਿਹੜੀ ਹੈ ਉਹ ਨਹੀਂ ਸੁਧਰਨੀ। ਆਪਾਂ ਗੱਲ ਗੱਲ ਤੇ ਰੋਂਦੇ ਹਾਂ, ਫਿਰ ਆਪਣੀ ਗੱਲ ਦਾ ਅਸਰ ਹੀ ਨਹੀਂ ਪਵੇਗਾ, ਕਹਿਣ ਦਾ ਤਾਂ ਕੰਮ ਹੀ ਰੋਣਾ ਹੈ। ਤਾਂ ਇਸ ਕਾਰਨ ਆਪਣਾ ਗੁੱਸਾ, ਆਪਣਾ ਰੋਣਾ, ਹੁਣ ਵੀ ਬਹੁਤ ਤਰ੍ਹਾਂ ਦੀਆਂ ਭਾਵਨਾਵਾਂ ਜਿਹੜੀਆਂ ਆਪਣੇ ਮਨ ਦੇ ਅੰਦਰ ਆ ਰਹੀਆਂ ਨੇ ਉਹਨਾਂ ਨੂੰ ਕੰਟਰੋਲ ਕਰਨਾ, ਹੋਰ ਦੂਜੇ ਦਾ ਆਪਣਾ ਆਲਾ ਦੁਆਲਾ ਜਿਹੜਾ ਹੈ ਉਸ ਨੂੰ ਮਹਿਸੂਸ ਕਰਨਾ, ਆਲੇ ਦੁਆਲੇ ਜਿਹੜੇ ਲੋਕ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਣਾ, ਕਦਰ ਕਰਨੀ, ਹੋਰ ਉਹਨਾਂ ਨਾਲ ਜੁੜ ਜਾਣਾ, ਇਹ ਭਾਵਨਾ ਹੈ। ਜਿਵੇਂ ਦੇਖਿਆ ਹੋਵੇਗਾ ਆਪਣੇ ਪੜੋਸ ਦੇ ਵਿੱਚ ਵੀ ਕੋਈ ਬੰਦਾ ਮਰ ਜਾਂਦਾ ਹੈ ਤੇ ਆਪਾਂ ਨੂੰ ਦੁੱਖ ਹੁੰਦਾ ਹੈ, ਆਪਾਂ ਉੱਥੇ ਜਾਂਦੇ ਹਾਂ, ਉਹਦੇ ਦੁੱਖ ਦੇ ਵਿੱਚ ਸਾਂਝ ਪਾਉਂਦੇ ਹਾਂ, ਉਸ ਬੰਦੇ ਨੂੰ ਐਵੇਂ ਲੱਗਦਾ ਹੈ ਕਿ ਹਾਂ ਇਹ ਬੰਦਾ ਭਾਵੇਂ ਮੇਰੇ ਘੱਟ ਆਉਂਦਾ ਜਾਂਦਾ ਹੈ ਪਰੰਤੂ ਅੱਜ ਦੁੱਖ ਦੇ ਸਮੇਂ ਮੇਰੇ ਨਾਲ ਖੜਿਆ ਹੈ। ਕੋਈ ਕੰਮ ਹੁੰਦਾ ਹੈ ਆਪਾਂ ਉਹਨਾਂ ਦੇ ਕੰਮ ਮੰਨਦੇ ਹਾਂ, ਇਹ ਕਿਸ ਕਾਰਨ ਹੈ? ਇਹ ਇਮੋਸ਼ਨਲ ਇੰਟੈਲੀਜੈਂਸ ਦੇ ਕਾਰਨ ਹੈ। ਜੇ ਦਿਮਾਗੀ ਤੌਰ ਤੋਂ ਕਿਸੇ ਦੇ ਕੰਮ ਆਓਗੇ
सोचोगे भाई उन्हें मेरा आ काम कटना है, मैं एवं काम करता, मैं ऐ करता, ऐ करके वह जो संबंध बनने वो सिर्फ उपचारक होंगे, परंतु आ जड़े होंगे ना दिलों बनने, और दिलों संबंध बनाने तुहानू आउंदे ने। ते ये सारा है कि भावनात्मक बुद्धि ही तो है। हुण आपां अगे गल करते हैं भावनात्मक बुद्धि दीआं विशेषतावां, इहदीआं विशेषतावां किहड़ीआं ने। जदों आपां नूं भावनात्मक बुद्धि बारे सारा पता चल गया तो इंदिया विशेषतावां बारे भी पता चल गया भाई। सब तो पहली गल स्वै चेतना, वो अपने बारे चेतन है पूर्ण तौर पर, वो अपनी खूबियां तो अपनिया खामियां तो चंगी तरह जाणू है, और जो इन्हां गल्लां तो जाणू है तो फिर वो कामयाब है। अगर तुहानू पता है कि मैनू गुस्सा बड़ा आ जांदा है, तुसी जाणू हो इस गल तो, और फिर उस तो बाद जे कि उस ते कंट्रोल भी कर लैंदे हो, अगे आऊगा कंट्रोल भी कर लैंदे हो, तो बस यही तो बुद्धि है भी गुस्सा आंदा है कोई दिक्कत नहीं आ सकता है, परंतु उस ते जे कंट्रोल कर लिया और सही तरीके नाल आपां अपनी गल रखती बल्ले बल्ले होगी भाई, और कि कंट्रोल ना किया तुसी आपे तो बाहर हो गए, फिर पता नहीं की हो सकता है, कुछ भी हो सकता है भाई। सह चेतनता अपनिया खूबियां ते खामियां जानना ये बंदे की सफलता का आधार है, जिस करके उसनू पता होंदा है कि वो अपनिया खूबियां नू किवें वरतों विच लैके आवे और अपनिया कमियां नू किवें टका के रखे, कंट्रोल च रखे। इस योग्यता करके उन्हां दे हर यतन कामयाब हुंदे ने, वो बंदा कामयाब हुंदा है। ये हैगी जी स्वै चेतना। दूजा है सहयोग, हेल्प करनी, सहयोग करना, कोऑपरेशन करना, कोऑपरेट करना दूजिया नूं। ये शब्द वक् वक् दसते तां कि ये शब्दों सुनते ही तुहाडे दिमाग के अंदर एक चित्र बन जाए, तुहानूं पता लग जाए। भावनात्मक बुद्धि वाला व्यक्ति दूजिया तो जल्दी ते आसानी नाल सहयोग प्राप्त कर लैंदा है अते दूजिया नूं सहयोग दिंदा है। देखो जे तुसी इमोशनल तरीके नाल किसे नाल जुड़े हुए हो, भावनात्मक तौर ते दिल जितया होया तुसी किसी दा दिल जितया होया, अगर तुसी उहदी जिन्नी मर्जी हैल्प लै लो वह अद्धी राती तुहाडे नाल चलण नूं तैयार है, अगर तुसी किसी भी मुसीबत के अंदर हो। परंतु दिमागी तौर पर अगर किसी नाल तुसी जुड़े हुए हो तो पहला वह सोचूगा मैं जावां कि ना जावां कि ये वो सब सोचेगा। तो एक खासियत है, सहयोग है, जिन्नी तुहाडी जिहड़ी भावनात्मक बुद्धि लेवल हाई है, तुसी अपने आप में इस तरीके नाल बना लिया अपनी भावनावां ते कंट्रोल करके अपने भावनावां नूं समझ के, उन्ना ही वध तुसी लोकां दा सहयोग लै सकोगे। अक्सर ये यानी कि लोग कहिंदे हो सुणदे आ, तुसी भी कई बार कहिंदे हो कि दिल जीतीए तां गल है, दिमाग जीतण दा की फायदा, दिल जीतीए अगर किसी दा, और एक बार किसी दिल जित लिया तो वह तुहाडे लई कुछ भी कर सकता है। वैसे तुसी जुड़े हुए हो एवें ही बस, तो फिर वह इन्ना कम नहीं आएगा जिन्ना भावनात्मक तौर पर जुड़े हो। अगला है मूड नूं कंट्रोल करना, मनोदशा नियंत्रण करन दी योग्यता। अरे भाई इंदी जगह मैं जिहड़ा आपां कह दईए अपने माँ प्यो नूं समझदा, अरे कंट्रोल कर लै अपने आप से, कंट्रोल कर लै अपने मूड से, कंट्रोल कर लै, अरे मूड से कंट्रोल करो, मनोदशा से कंट्रोल करो, कदे गुस्सा आ जाता कदे रोना आ जाता कदे आपे तो बाहर हो जाता है भाई, कदे अफल गया कदे की कर गया, वह बंदा घट कामयाब होगा। और अगर तुसी अपने मनोदशा नियंत्रित करन दी योग्यता है, अपने मूड से कंट्रोल करन दी योग्यता है, गुस्सा आ रहा कंट्रोल कर लिया, आ सकता है गुस्सा कोई दिक्कत नहीं, पर कंट्रोल करना सीखो। बिना काम तो कितने आप बक 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 करी जा रहे हैं, परंतु आपको पता होना चाहिए कितने किन्ना बोलना है, उस पर कंट्रोल करना। जे अपने मूड से तुसी कंट्रोल कर लिया, यह संवेगात्मक बुद्धि की विशेषता खासियत है, जिन्हें मूड से कंट्रोल कर लिया समझ लो लोगों के दिलों से कंट्रोल कर लिया, और जे मूड से कंट्रोल नहीं गा तो फिर कुछ नहीं बन सकता, फिर तुहानू पता ही है गुस्सा आऊगा कि खैबाजी हो जाऊगी, फिर वह पंचायत सब गल्लां तुहानू तुसी जाणूंगे।
ਇਹ ਸਾਰੀਆਂ ਉਹ ਗੱਲਾਂ ਨੇ ਜਿਸ ਤੋਂ ਆਪਾਂ ਜਾਣੂ ਹਾਂ, ਕੋਈ ਨਵੀਂ ਗੱਲ ਨਹੀਂ ਪੜ ਰਹੇ ਹਾਂ, ਗੱਲ ਉਹੀ ਹੈ। ਪਰੰਤੂ ਬਸ ਆਪਾਂ ਵਿਵਹਾਰਕਤਾ ਨੂੰ ਦੁਬਾਰਾ ਫਿਰ ਸੰਕਲਪ ਦੀ ਤਰਫ ਲਿਜਾ ਰਹੇ ਹਾਂ। ਔਰ ਮੇਰੀ ਕੋਸ਼ਿਸ਼ ਆਹੀ ਰਹਿੰਦੀ ਹੈ ਕਿ ਵਿਵਹਾਰ ਦੇ ਵਿੱਚ ਜੋ ਬੱਚਾ ਹੈ, ਸਿੱਖਿਆ ਹੋਇਆ, ਜਿਹੜਾ ਪਤਾ ਹੈ, ਕਿਉਂ ਨਾ ਉਹਨਾਂ ਵਿੱਚੋਂ ਹੀ ਆਪਾਂ ਕੰਸੈਪਟ ਕੱਢ ਕੇ ਸਿਖਾ ਦਈਏ, ਨਾ ਕਿ ਉਹਨਾਂ ਦੇ ਉੱਤੇ ਜਿਹੜੇ ਸੰਕਲਪ ਹੈ ਥੋਪੇ ਜਾਣ, ਉਹਨਾਂ ਨੂੰ ਬਾਰ ਬਾਰ ਸਮਝਾਇਆ ਜਾਵੇ ਨਹੀਂ ਇਹਨੂੰ ਰੱਖ ਲਓ, ਐਵੇਂ ਰੱਖ ਲਓ, ਐਵੇਂ ਰੱਖ ਲਓ। ਨਹੀਂ, ਇਹ ਚੀਜ਼ਾਂ ਤੁਹਾਨੂੰ ਪਤਾ ਹੈ। ਅਗਲੀ ਹੈ ਜੀ ਪ੍ਰੇਰਣਾ। ਪ੍ਰੇਰਿਤ ਕਰਨਾ, ਕਿਸੇ ਨੂੰ ਮੋਟੀਵੇਟ ਕਰਨਾ, ਭਾਵਨਾਤਮਕ ਬੁੱਧੀ ਦਾ ਇਹ ਬਹੁਤ ਜ਼ਰੂਰੀ ਤੱਤ ਹੈ, ਖਾਸੀਅਤ ਹੈ। ਅਗਰ ਭਾਵਨਾਤਮਕ ਤੌਰ ਤੇ ਤੁਸੀਂ ਕਿਸੇ ਨਾਲ ਜੁੜੇ ਹੋਏ ਹੋ ਤਾਂ ਤੁਸੀਂ ਉਹਨੂੰ ਮੋਟੀਵੇਟ ਵੀ ਕਰ ਸਕਦੇ ਹੋ, ਪ੍ਰੇਰਣਾ ਵੀ ਦੇ ਸਕਦੇ ਹੋ, ਉਹ ਤੁਹਾਡੇ ਤੋਂ ਪ੍ਰੇਰਿਤ ਵੀ ਹੋ ਜਾਵੇਗਾ, ਉਹ ਤੁਹਾਡੀ ਗੱਲ ਨੂੰ ਮੰਨੇਗਾ ਵੀ, ਕਿਉਂਕਿ ਉਹ ਭਾਵਨਾਤਮਕ ਤੌਰ ਤੇ ਤੁਹਾਡੇ ਨਾਲ ਜੁੜਿਆ ਹੋਇਆ ਹੈ। ਭਾਵਨਾਤਮਕ ਬੁੱਧੀ ਦੀ ਇਹ ਖਾਸੀਅਤ ਹੈ, ਮੋਟੀਵੇਸ਼ਨ ਦੇਣ ਵਿੱਚ ਉਹ ਅੱਗੇ ਰਹੇਗੀ। ਤੁਸੀਂ ਬਹੁਤ ਵੱਡੇ ਦਿਮਾਗ ਰੱਖਦੇ ਹੋ, ਬਹੁਤ ਤੇਜ਼ ਤੁਹਾਡਾ, ਤੁਸੀਂ ਬਹੁਤ ਤੇਜ਼ ਹੋ, ਬਹੁਤ ਤੇਜ਼ ਹੋ, ਤੁਸੀਂ ਦਿਮਾਗ ਤੁਹਾਡਾ ਬਹੁਤ ਤੇਜ਼, ਲੋਕ ਤੁਹਾਡੇ ਤੋਂ ਬਚਣਗੇ, ਕਹਿਣਗੇ ਆ ਬੰਦਾ ਬਹੁਤ ਤੇਜ਼ ਆ, ਬਚ ਕੇ ਰਹੋ ਭਾਈ। ਪਰੰਤੂ ਜੇ ਕਿਤੇ ਤੁਸੀਂ ਇਮੋਸ਼ਨਲ ਤੌਰ ਤੇ ਕਿਸੇ ਨਾਲ ਜੁੜੇ ਹੋਏ ਹੋ, ਭਾਵਨਾਤਮਕ ਤੌਰ ਤੇ ਕਿਸੇ ਨਾਲ ਜੁੜੇ ਹੋਏ ਹੋ, ਲੋਕ ਤੁਹਾਡੇ ਕੋਲ ਆਣਗੇ, ਅਗਰ ਤੁਹਾਡਾ ਸਾਥੀ ਗਲਤ ਕਰ ਰਿਹਾ, ਤੁਹਾਡਾ ਸਾਥੀ ਗਲਤ ਕਰ ਰਿਹਾ, ਉਹ ਕਹੇ ਯਾਰ ਉਹਦੀ ਉਹਦੇ ਨਾਲ ਬਹੁਤ ਬਣਦੀ ਆ, ਆਪਾਂ ਉਹਦੇ ਕੋਲ ਜਾਈਏ, ਆਪਾਂ ਇੱਦਾਂ ਕਰਦੇ ਹਾਂ, ਆਪਾਂ ਐਵੇਂ ਕਰਦੇ ਹਾਂ, ਬਈ ਕਦੇ ਵੀ ਕੋਈ ਵੀ ਰੋਲਾ ਹੋ ਜਾਂਦਾ ਤਾਂ ਆਪਾਂ ਕਹਿੰਦੇ ਹਾਂ ਉਹਦੇ ਨਾਲ ਬੜਾ ਇਹਦਾ ਅਟੈਚਮੈਂਟ ਹੈ, ਬੜਾ ਜੁੜਿਆ ਹੋਇਆ, ਆਪਾਂ ਉਸ ਕੋਲ ਜਾਂਦੇ ਹਾਂ, ਫਿਰ ਆਪਾਂ ਉਸ ਬੰਦੇ ਕੋਲ ਜਾਂਦੇ ਹਾਂ, ਬਈ ਤੇਰਾ ਸਾਥੀ ਹੈ, ਉਹਨੇ ਗਲਤ ਕੀਤਾ, ਤੂੰ ਉਹਨੂੰ ਸਮਝਾ, ਫਿਰ ਉਹ ਆਪਣੇ ਸਾਥੀ ਕੋਲ ਆਉਂਦਾ, ਆਪਣੇ ਸਾਥੀ ਨਾਲ ਵਿਚਾਰ ਵਟਾਂਦਰਾ ਕਰਦਾ ਹੈ, ਔਰ ਉਹਦੇ ਹਰ ਇੱਕ ਪੱਖ ਦੇ ਉੱਤੇ, ਹਰ ਇੱਕ ਪੱਖ ਦੇ ਉੱਤੇ ਉਹ ਜ਼ੋਰ ਦਿੰਦਾ, ਕਹਿੰਦਾ ਤੂੰ ਗਲਤ ਹੈ ਜਾਂ ਸਹੀ ਹੈ, ਸਹੀ ਹੈ ਤਾਂ ਨਾਨ ਖੜਦਾ ਹੈ, ਗਲਤ ਹੈ ਤਾਂ ਉਹਨੂੰ ਦੱਸਦਾ ਹੈ, ਬਈ ਇਹਨੂੰ ਸਹੀ ਕਿਵੇਂ ਕੀਤਾ ਜਾਵੇ। ਇਹ ਉਹ ਉਹਨੂੰ ਪ੍ਰੇਰਿਤ ਕਰਦਾ ਹੈ, ਮੋਟੀਵੇਟ ਕਰਦਾ ਹੈ। ਇਹ ਆਪਾਂ ਚੀਜ਼ਾਂ ਕਰਦੇ ਹਾਂ ਜਾਂ ਆਪਾਂ ਲੋਕਾਂ ਤੋਂ ਕਰਵਾਉਂਦੇ ਹਾਂ, ਵੇਖੀਆਂ ਹੋਈਆਂ ਨੇ, ਬਸ ਉਸੇ ਨੂੰ ਉਹੀ ਗੱਲਾਂ ਤਾਂ ਮੈਂ ਕਰ ਰਿਹਾ, ਕੋਈ ਨਵੀਂ ਗੱਲ ਨਹੀਂ ਕਰ ਰਿਹਾ। ਤੇ ਆਪਾਂ ਉਸ ਉਹ ਜਿਹੜਾ ਬੰਦਾ ਹੈ ਉਸਨੂੰ ਮੋਟੀਵੇਟ ਵੀ ਕਰ ਦੇਗਾ। ਤੁਸੀਂ ਤੇਜ਼ ਦਿਮਾਗ ਬੰਦਿਆਂ ਨੂੰ ਲੈ ਜਾਓ, ਉਹਦੇ ਕੋਲ ਬੜਾ ਤੇਜ਼ ਦਿਮਾਗ ਹੈ, ਉਸਨੂੰ ਬੰਦੇ ਨੂੰ ਲੈ ਜਾਓ, ਉਹ ਬੰਦਾ ਦੂਰੋਂ ਹੀ ਕਹੇ ਭਈਆ ਉਹ ਬਹੁਤ ਤੇਜ਼ ਹੈ, ਮੈਂ ਨਹੀਂ ਹੁੰਦੀ ਗੱਲ, ਬੰਦਾ ਸੁਣਨ ਨੂੰ ਤਿਆਰ ਹੀ ਨਹੀਂ ਹੋਵੇਗਾ, ਬਈ ਇਹ ਮੈਨੂੰ ਐ ਨਾ ਕਰਦੇ, ਐ ਨਾ ਕਰਦੇ, ਐ ਨਾ ਕਰਦੇ। ਪਰੰਤੂ ਇੱਕ ਦੋਸਤ, ਇੱਕ ਸਾਥੀ ਜਿਹਦੇ ਨਾਲ ਜੁੜਿਆ ਹੋਇਆ ਭਾਵਨਾਤਮਕ ਤੌਰ ਤੇ, ਉਹ ਕੰਮ ਕਰ ਜਾਏਗਾ। ਇਹ ਮੋਟੀਵੇਸ਼ਨ ਲਈ ਵੀ ਜ਼ਰੂਰੀ ਹੈ ਭਾਵਨਾਤਮਕ ਬੁੱਧੀ। ਅਗਰ ਭਾਵਨਾਤਮਕ ਬੁੱਧੀ ਤੁਹਾਡੇ ਚ ਹੈਗੀ ਹੈ, ਜਿਵੇਂ ਕਿ ਆਪਣੇ ਪ੍ਰਧਾਨ ਮੰਤਰੀ ਜੀ ਨੇ ਭਾਵਨਾਤਮਕ ਤੌਰ ਤੇ ਲੋਕਾਂ ਨਾਲ ਅਟੈਚਮੈਂਟ ਕੀਤਾ, ਲੋਕਾਂ ਨੂੰ ਮੋਟੀਵੇਟ ਕੀਤਾ, ਜੁੜ ਗਏ, ਮੋਟੀਵੇਟ ਕੀਤਾ, ਭਾਈ ਅਸੀਂ ਦੇਸ਼ ਦਾ ਵਿਕਾਸ ਹੈ ਜੋ ਕਰਾਂਗੇ, ਕਿਤੇ ਨਾ ਕਿਤੇ ਭਾਵਨਾਤਮਕ ਬੁੱਧੀ ਦੀ ਵਰਤੋਂ ਹੈ, ਲੇਵਲ ਹੈ ਉਹ ਹਾਈ ਸੀ, ਲੋਕਾਂ ਦੀ ਦਿਲਾਂ ਤੱਕ ਉਹਨਾਂ ਨੇ ਜੋ ਮੈਸੇਜ ਹੈ ਉਹ ਪਹੁੰਚਾਤਾ, ਔਰ ਉਹ ਰਾਜ ਕਰ ਰਹੇ ਨੇ। ਭਾਵਨਾਤਮਕ ਬੁੱਧੀ ਹੈ ਜੋ ਉਹਦੀ ਵਰਤੋਂ ਉਹਨਾਂ ਨੇ ਟਕਾ ਕੇ ਕੀਤੀ ਹੈ। ਅੱਗੇ ਹੈ ਸਮਾਨ ਅਨੁਭਵਤਾ। ਭਾਈ ਸਮਾਨ ਅਨੁਭਵ ਜਾਂ ਅਨੁਭਵਤਾ ਕੁਛ ਵੀ ਕਰ ਲਓ, ਸਮਾਨ ਅਨੁਭਵਤਾ ਦੂਜੇ ਵਿਅਕਤੀਆਂ ਦੀ ਭਾਵਨਾਵਾਂ ਨੂੰ ਸਮਝਣਾ ਅਤੇ ਵੰਡਣ ਦੀ ਯੋਗਤਾ ਹੈ। ਇਹ ਭਾਵਨਾਤਮਕ ਤੌਰ ਤੇ ਬੋਧਕ ਵਿਅਕਤੀ ਅਤੇ ਦੂਜੇ ਵਿਅਕਤੀਆਂ ਜਿਸ ਪ੍ਰਤੀ ਉਹ ਸਮਾਨ ਅਨੁਭਵਤਾ ਪ੍ਰਗਟਾਉਂਦਾ ਹੈ ਦਾ ਵਿਸ਼ਵਾਸ ਅਤੇ ਸਤਿਕਾਰ ਪ੍ਰਾਪਤ ਕਰ ਲੈਂਦਾ ਹੈ। ਸਮਾਨ ਅਨੁਭਵਤਾ, ਇਹ ਆਪਾਂ ਨੂੰ ਪਤਾ ਹੋਈ, ਇਸ ਤੋਂ ਆਪਾਂ ਜਾਣੂ ਹਾਂ। ਆਪਾਂ ਕੀ ਕਰਦੇ ਹਾਂ, ਅਗਰ ਕਿਸੇ ਬੰਦੇ ਨਾਲ ਕਿਸੇ ਬੰਦੇ ਦਾ ਦੁੱਖ ਹੈ, ਆਪਾਂ ਉਸਦੇ ਦੁੱਖ ਨੂੰ ਸਮਝ ਲਿਆ, ਭਾਵਨਾਤਮਕ ਬੁੱਧੀ ਦੀ ਵਰਤੋਂ ਕੀਤੀ, ਆਪਾਂ ਉਸਦੇ ਦੁੱਖ ਨੂੰ ਸਮਝ ਲਿਆ, ਸਮਾਨ ਅਨੁਭਵਤਾ ਪਈ, ਉਹ ਬੜਾ ਖੁਸ਼ ਹੈ, ਉਹਦੀ ਖੁਸ਼ੀਆਂ ਦੇ ਕਾਰਨ ਆਪਾਂ ਨੂੰ ਖੁਸ਼ੀ ਹੋ ਰਹੀ ਹੈ, ਸਮਾਨ ਅਨੁਭਵਤਾ, ਉਹ ਬੜਾ ਖੁਸ਼ ਹੈ, ਤਰੱਕੀ ਕਰ ਲਈ, ਆਪਾਂ ਨੂੰ ਸਾੜਾ ਹੋ ਰਿਹਾ, ਓਏ ਹੋਏ ਕਿਉਂ ਤਰੱਕੀ ਹੁੰਦਾ, ਨੰਬਰ ਆ ਗਿਆ, ਮੈਂ ਰਹਿ ਗਿਆ, ਜਾਂ ਕਿਸੇ ਪ੍ਰਕਾਰ ਦਾ ਹੋਰ ਸਾੜਾ, ਉਹ ਤਰੱਕੀ ਕਰ ਲਿਆ, ਉਹ ਕਾਰ ਲਿਆ ਮੈਂ। ਉਹ ਬੰਦਾ ਕਦੇ ਵੀ ਭਾਵਨਾਤਮਕ ਤੌਰ ਤੇ ਉਹਦੇ ਨਾਲ ਨਹੀਂ ਜੁੜ ਸਕੇਗਾ, ਕਿਉਂਕਿ ਉਹਨੂੰ ਪਤਾ ਹੈ ਕਿ ਮੇਰੀ ਕਾਮਯਾਬੀ ਹੈ ਉਹ ਮੇਰੇ ਆਲੇ ਦੁਆਲੇ ਤੋਂ ਚੱਲੀ ਨਹੀਂ ਜਾ ਰਹੀ ਹੈ, ਉਹ ਨਹੀਂ ਜੁੜ ਸਕੇਗਾ ਆਪਣੇ ਆਲੇ ਦੁਆਲੇ ਨਾਲ। ਜੇ ਕਿਤੇ ਆਲੇ ਦੁਆਲੇ ਚ ਕੋਈ ਇਹੋ ਜਿਹਾ ਬੰਦਾ ਹੈ ਜੇ ਉਹ ਖੁਸ਼ ਹੈ,
ਤਾਂ ਉਹਦੀ ਖੁਸ਼ੀ 'ਚ ਉਹ ਸ਼ਰੀਕ ਹੈ, ਜੇ ਉਹ ਦੁੱਖ ਹੈ ਤਾਂ ਉਹਦੀ ਦੁੱਖੀ 'ਚ ਦੁੱਖ 'ਚ ਵੀ ਉਹ ਸ਼ਰੀਕ ਹੈ, ਤਾਂ ਹੀ ਉਸ ਲਈ ਸ਼ਰੀਕ ਹੈ ਭਾਈ। ਸਮਾਨ ਅਨੁਭਵਤਾ ਇਮੋਸ਼ਨਲ ਬੁੱਧੀ ਦੀ ਖਾਸੀਅਤ, ਦੂਜੇ ਦੇ ਦੁੱਖ ਨੂੰ ਮਹਿਸੂਸ ਕਰੋ, ਉਹਦਾ ਮਜ਼ਾਕ ਨਾ ਉਡਾਓ, ਉਹਦਾ ਸਤਿਕਾਰ ਕਰੋ। ਜੇ ਤੁਸੀਂ ਆਹ ਕਰਨਾ ਜਾਣਦੇ ਹੋ, ਭਾਵਨਾਤਮਕ ਬੁੱਧੀ ਹੈ ਤੁਹਾਡੀ, ਬਹੁਤ ਵਧੀਆ ਹੈ। ਔਰ ਜੇ ਕਿਤੇ ਕਿਸੇ ਦੇ ਦੁੱਖਾਂ ਦਾ ਮਜ਼ਾਕ ਉਡਾਉਂਦੇ ਹੋ, ਕਿਸੇ ਦੀ ਖੁਸ਼ੀਆਂ ਤੋਂ ਵਰਦੇ ਹੋ, ਤਾਂ ਤੁਹਾਡੀ ਭਾਵਨਾਤਮਕ ਬੁੱਧੀ ਹੈ ਉਹ ਕਮਜ਼ੋਰ ਹੈ। ਕਰੋ, ਆਪਣੇ ਆਪ ਨੂੰ ਅਪਡੇਟ ਕਰ ਲਓ। ਭਾਵਨਾਤਮਕ ਬੁੱਧੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ, ਤੁਸੀਂ ਆਪਣੇ ਆਪ ਤੇ ਗੌਰ ਕਰੋਗੇ ਤਾਂ ਆਪੇ ਹੀ ਜਿਹੜੀ ਭਾਵਨਾਤਮਕ ਬੁੱਧੀ ਹੈ ਉਹ ਵਧੀਆ ਹੋ ਜਾਵੇਗੀ ਭਾਈ। ਸਮਾਨ ਅਨੁਭਵ ਤਾਂ ਭਾਈ ਇਸ ਦੇ ਬਾਰੇ ਤੁਸੀਂ ਉਹਦਾ ਅਨੁਭਵ ਕਰਨਾ ਜਿਹਦਾ ਉਹ ਅਨੁਭਵ ਕਰ ਰਿਹਾ, ਆਪਾਂ ਵੀ ਉਹੀ ਅਨੁਭਵ ਕਰੀਏ, ਫਿਰ ਅਟੈਚਮੈਂਟ ਫਿਰ ਜੁੜਾਓ ਹੋਏਗਾ, ਨਹੀਂ ਤਾਂ ਨਹੀਂ ਹੋਣ ਲੱਗਿਆ। ਮਹਾਨ ਜਿਹੜੇ ਲੋਕ ਸੀ, ਮਹਾਤਮਾ ਗਾਂਧੀ, ਮਦਰ ਟੈਰਸਾ, ਗੁਰੂ ਨਾਨਕ ਦੇਵ ਜੀ, ਕ੍ਰਿਸ਼ਨ ਜੀ, ਰਾਮ ਜੀ, ਲੋਕਾਂ ਦੇ ਦਰਦ ਨੂੰ ਸਮਝਿਆ, ਉਹਨਾਂ ਨਾਲ ਜੁੜੇ, ਹੋਰ ਸਫਲ ਰਹੇ। ਔਰ ਜੇ ਕਿਸੇ ਉੱਤੇ ਥੋਪੋਗੇ ਕੋਈ ਕੰਮ, ਕਦੇ ਵੀ ਸਹਿਯੋਗ ਪ੍ਰਾਪਤ ਕਰ ਹੀ ਨਹੀਂ ਸਕਦੇ ਤੁਸੀਂ। ਅਗਲਾ ਜੀ, ਵਾਤਾਵਰਣ ਸਥਿਤੀਆਂ ਲਈ ਸਹੀ ਅਨੁਕਿਰਿਆ। ਸਿਚੁਏਸ਼ਨ ਹੈ ਜਿਹੜੀ, ਉਸ ਨੂੰ ਸਮਝਣਾ ਔਰ ਉਸ ਦੇ ਅਨੁਸਾਰ ਰਿਸਪੋਂਸ ਦੇਣਾ। ਵਾਤਾਵਰਣ ਸਥਿਤੀ ਲਈ ਸਹੀ ਅਨੁਕਿਰਿਆ ਕਰਨੀ। ਭਾਵਨਾਤਮਕ ਬੁੱਧੀ ਦਾ ਉਚਿਤ ਪੱਧਰ ਵਿਅਕਤੀ ਨੂੰ ਲਚਕੀਲਾ, ਕਾਢਾਂ ਕੱਢਣ ਵਾਲਾ ਅਤੇ ਹਰ ਸਥਿਤੀ ਵਿੱਚ ਢਲ ਜਾਣ ਵਾਲਾ ਹੁੰਦਾ ਹੈ। ਭਾਵਨਾਤਮਕ ਤੌਰ ਤੇ ਬੁੱਧਿਕ ਵਿਅਕਤੀ ਉਹਨਾਂ ਸਾਰੀਆਂ ਸਥਿਤੀਆਂ ਜਿਨ੍ਹਾਂ ਵਿੱਚ ਬਾਕੀ ਆਪਣਾ ਸੰਤੁਲਨ ਗਵਾ ਲੈਂਦੇ ਨੇ, ਭੜਕ ਜਾਂਦੇ ਨੇ, ਪਰੰਤੂ ਭਾਵਨਾਤਮਕ ਬੁੱਧੀ ਵਾਲਾ ਵਿਅਕਤੀ ਕੰਟਰੋਲ ਕਰਦਾ ਹੈ ਔਰ ਆਪਣੇ ਆਪ ਨੂੰ ਢਾਲ ਲੈਂਦਾ ਹੈ। ਭਾਵਨਾਤਮਕ ਬੁੱਧੀ ਵਾਲਾ ਮਾਹੌਲ ਨੂੰ ਵੇਖੋ, ਮਾਹੌਲ ਗਰਮਾ ਗਿਆ ਹੈ, ਪੂਰੀ ਲੜਾਈ ਜ਼ੋਰਾਂ ਤੇ ਚੱਲ ਰਹੀ ਹੈ, ਤੁਸੀਂ ਵਿੱਚ ਆ ਗਏ, ਤੁਹਾਨੂੰ ਬੜਾ ਗੁੱਸਾ ਚੜਿਆ, ਤੁਸੀਂ ਵੀ ਕੁੱਦ ਪਏ, ਹੋਰ ਜ਼ਿਆਦਾ ਵੱਧ ਗਈ ਲੜਾਈ ਪਈ। ਹੁਣ ਤੁਸੀਂ ਕੀ ਕੀਤਾ? ਅਰੇ ਬਈ, ਲੜਾਈ ਮਟਾਉਣ ਦੀ ਜਗ੍ਹਾ ਤੁਸੀਂ ਤਾਂ ਲੜਾਈ ਲਾਤੀ, ਤੁਹਾਡੇ ਆਉਣ ਦਾ ਤਾਂ ਕੋਈ ਫਾਇਦਾ ਨਹੀਂ ਹੋਇਆ, ਤੁਸੀਂ ਵੀ ਇੱਕ ਪੱਖ ਬਣ ਗਏ, ਦੋ ਪਾਰਟੀਆਂ ਲੜ ਰਹੀਆਂ, ਤੁਸੀਂ ਵਿੱਚ ਕੁੱਦ ਗਏ, ਚਲੋ ਜੀ ਠਾ 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 ਹੋ ਗਈ, ਤੁਸੀਂ ਹੁਣ ਇੱਕ ਪੱਖ ਬਣ ਗਏ, ਜਦੋਂ ਕਿ ਤੁਹਾਨੂੰ ਕੀ ਹੋਣਾ ਸੀਗਾ, ਤੁਸੀਂ ਵੇਖਿਆ ਮੇਰਾ ਸਾਥੀ ਹੈ ਜਿਹੜਾ ਮੁਸੀਬਤ ਦੇ ਅੰਦਰ ਹੈ, ਜਾਂ ਮੇਰੇ ਸਮਾਜ ਦੇ ਲੋਕ, ਮੇਰੇ ਪਰਿਵਾਰ ਦੇ ਲੋਕ, ਮੇਰੇ ਮੁਹੱਲੇ ਦੇ ਲੋਕ ਆਪਸ ਵਿੱਚ ਲੜ ਰਹੇ ਹੈ, ਆਪਣਾ ਉਹਨਾਂ ਸਾਰਿਆਂ ਨਾਲ ਇਮੋਸ਼ਨਲ ਅਟੈਚਮੈਂਟ ਹੈ ਜਾਂ ਕਿਸੇ ਇੱਕ ਪੱਖ ਨਾਲ ਇਮੋਸ਼ਨਲ ਅਟੈਚਮੈਂਟ ਹੈ, ਤਾਂ ਆਪਣਾ ਇਹ ਮਤਲਬ ਨਹੀਂ ਬਣਦਾ ਆਪਾਂ ਉਹਦੇ ਨਾਲ ਜੁੜ ਕੇ ਅਗਲੇ ਦਾ ਸਿਰ ਪਾੜ ਦਈਏ, ਨਹੀਂ, ਆਪਾਂ ਵਿੱਚ ਆਪਣੇ ਭਾਵਨਾਵਾਂ ਨੂੰ ਕੰਟਰੋਲ ਕਰੀਏ, ਦੋਨਾਂ ਦੀਆਂ ਭਾਵਨਾਵਾਂ ਨੂੰ ਸਮਝੀਏ, ਅਗਲਿਆਂ ਦੋਨਾਂ ਨੂੰ ਸਮਝਾਈਏ, ਕਿਉਂਕਿ ਆਪਣੀ ਉਹ ਗੱਲ ਮੰਨਦੇ ਹੈ, ਆਪਣੀ ਉਹ ਗੱਲ ਮੰਨਦੇ ਹੈ, ਤੇ ਆਪਾਂ ਉਹਨਾਂ ਸਥਿਤੀਆਂ ਦੇ ਅਨੁਸਾਰ ਸਹੀ ਅਨੁਕਿਰਿਆ ਕਰੀਏ, ਉਹਨਾਂ ਦੋਨਾਂ ਨੂੰ ਆਪਾਂ ਸਮਝਾਈਏ, ਭਾਈ ਇੱਦਾਂ ਨਾ ਕਰੋ, ਲੜਾਈ ਦੇ ਵਿੱਚ ਕੁਛ ਨਹੀਂ ਪਿਆ, ਅੱਜ ਪਹਿਲਾਂ ਤੂੰ ਤੂੰ ਮੈਂ ਤੇ ਆਪਾਂ ਚੁੱਪ ਹੋ ਗਏ, ਬੋਲਣਾ ਬੰਦ ਕਰਤਾ, ਬਹੁਤ ਵਧੀਆ ਪੋਲਿਸੀ ਹੈ ਭਾਈ, ਤੁਹਾਡੀ ਕਿਸੇ ਨਾਲ ਨਹੀਂ ਬਣਦੀ ਵਿਚਾਰ, ਵਟਾਂਦਰਾ ਹੈ ਜਿਹੜਾ ਉਹ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ, ਵਿਚਾਰ ਨਹੀਂ ਮਿਲ ਰਹੇ, ਤੁਸੀਂ ਦੂਰੀ ਕਰ ਲਓ, ਜੇ ਕਿਤੇ ਵਿਚਾਰ ਨਹੀਂ ਮਿਲ ਰਹੇ ਤੁਸੀਂ ਲੜਾਈ ਕਰੋਗੇ, ਸਿਰ ਪਾੜੋਗੇ, ਲਾਸਟ ਥਾਣੇ 'ਚ ਜਾਓਗੇ, ਥਾਣੇ ਵਾਲੇ ਸਮਝੌਤਾ ਕਰਾਉਣਗੇ, ਤੁਹਾਨੂੰ ਪਾਬੰਦ ਕਰ ਦੇਣਗੇ, ਅਖੀਰ ਦੇ ਵਿੱਚ ਤੁਹਾਨੂੰ ਫਿਰ ਵੀ ਸਪੇਸ ਹੀ ਬਣਾਉਣਾ ਪਵੇਗਾ, ਦੂਰੀ ਹੀ ਵਟਣੀ ਪਵੇਗੀ, ਤਾਂ ਇੰਨਾ ਜਲੂਸ ਕੱਢਣ ਤੋਂ ਬਾਅਦ ਆਹ ਕੰਮ ਕਰਨ ਦੀ ਬਜਾਏ ਤੁਸੀਂ ਸ਼ੁਰੂਆਤੀ ਦੌਰ ਤੇ ਜਿੱਥੇ ਵਿਚਾਰ ਨਹੀਂ ਮਿਲ ਰਹੇ ਉੱਥੇ ਹੀ ਦੂਰੀ ਬਣਾ ਲਓ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਖਲਾਰਾ ਨਾ ਪਵੇ, ਲੜਾਈ ਨਾ ਹੋਵੇ। ਇਸ ਚੀਜ਼ ਨੂੰ ਇੱਕ ਉਦਾਹਰਣ ਰਾਹੀਂ ਸਮਝਾਇਆ ਔਰ ਤੁਹਾਨੂੰ ਇਹ ਪਤਾ ਹੈ, ਵਾਤਾਵਰਣ ਸਥਿਤੀਆਂ ਦੇ ਅਨੁਕੂਲ ਤੁਸੀਂ ਅਨੁਕਿਰਿਆ ਕਰ ਲੈਂਦੇ ਹੋ, ਤੁਹਾਨੂੰ ਇਹ ਪਤਾ ਹੈ ਕਿ ਮਾਹੌਲ ਬੜਾ ਗਰਮ ਹੈ, ਗਰਮ ਮਾਹੌਲ ਦੇ ਵਿੱਚ ਕਿੱਦਾਂ ਆਪਣੀ ਗੱਲ ਰੱਖਣੀ ਹੈ, ਮਾਹੌਲ ਬੜਾ ਖੁਸ਼ੀਆਂ ਭਰਿਆ ਹੈ, ਖੁਸ਼ੀਆਂ ਭਰਿਆ ਮਾਹੌਲ ਦੇ ਵਿੱਚ ਕਿੱਦਾਂ ਗੱਲ ਰੱਖਣੀ ਹੈ, ਮੈਂ ਇਹੋ ਜਿਹੀ ਗੱਲ ਨਾ ਕਰਾਂ ਕਿ ਲੋਕਾਂ ਨੂੰ ਚੁੱਭੇ, ਕਿਉਂਕਿ ਮਾਹੌਲ ਖੁਸ਼ੀ ਵਾਲਾ ਹੈ, ਮੇਰੇ ਕਾਰਨ ਕਿਤੇ ਮਾਹੌਲ ਦੇ ਵਿੱਚ ਖਰਾਬੀ ਨਾ ਆ ਜਾਵੇ। ਉਹ ਵਾਤਾਵਰਣ ਸਥਿਤੀਆਂ ਨੂੰ ਵੇਖਦਾ ਹੈ ਔਰ ਉਸ ਦੇ ਹਿਸਾਬ ਨਾਲ ਜਿਹੜੀਆਂ ਕਿਰਿਆ ਹੈ ਉਹ ਕਰਦਾ ਹੈ। ਵਾਤਾਵਰਣ ਸਥਿਤੀ ਲਈ ਸਹੀ ਅਨੁਕਿਰਿਆ ਆਹੀ ਹੈ ਔਰ ਤੁਸੀਂ ਇਸ ਤੋਂ ਜਾਣੂ ਹੁੰਦੇ ਹੋ, ਔਰ ਜੇ ਕਿਤੇ ਉਸਦੇ ਖਿਲਾਫ ਅਨੁਕਿਰਿਆ ਕਰੋਗੇ
फिर मुश्किल हो जाएगा। जब दो जने लड़ाई हो रही है तुसी वेख के उत्ते वो दोनों फिर इकट्ठे होके तुहाडे ते पै जाणगे। आए तुहानूं सही अनुक्रिया करनी है, अपना सही जिहड़ा है रोल उत्थे निभाउणा है। ठीक है जी, इन्हां सारियां खासियतां अपने अंदर हैगियां, भावें थोड़ियां होण भावें ज्यादा होण, बस उन्हां खासियतां नूं उत्ते लिखणा है। अगे जी आगू पुणा लीडरशिप। जे भावनात्मक बुद्धि प्रभावशाली है, लोगों नाल अटैचमेंट है, जुड़ गए, तुसी नेते बन गए। तुसी अगर लोगों दी भावनावां दा ध्यान ही रखिया, उन्हां दी भावनावां दे खिलाफ है, तुसी फलोप हो, तुहाडी कोई गल नहीं सुनेगा। भावें तुसी बहुत अमीर हो, तुहाडे कोल बहुत पैसा है, तुहाडा दिमाग बहुत चलता है, परंतु समाज के अंदर तुसी इहो जे लोग वेखे होणे, उन्हां दी कोई कदर नहीं समाज के अंदर, क्योंकि वह भावनात्मक इमोशनल अटैचमेंट नहीं, कदे वह अपने भैन भरावां दे दुख सुख दे विच शरीक नहीं होए, उन्हां नूं समझिया नहीं, उन्हां नूं उन्हां दा व्यवहार है जिहड़ा वधिया नहीं रहा, भावनात्मक बुद्धि ते उन्हां ने इन्ना ज्यादा जोर नहीं दिता पई, तां फिर वह अपने आले दुआले का, अपने सरीके का, अपने भरावां का लीडर नहीं बन सकेगा। वह लीडर का गुण की होंदा है? भावनात्मक बुद्धि होंदी है, उहदे विच आगू पुणा, और भावनात्मक बुद्धि जिंदे विच है वह लीडरशिप कर सकता है, क्योंकि उसने अपनी भावनावां नूं कंट्रोल च रखे है, अगले की भावनावां नूं समझे है, कदों कि भावनावां नूं कढ़ना है उसनों यह चीज पता है। तुसीं वेख्या होगा वोट वाले टाइम लोग जुड़े होंगे है किसी नेते नाल, तां वह नेता उस समय रोंदा है, तां होर लोग है जिहड़े वह भी भावनावां च बह के उहनूं वोट पा दिंदे है, क्योंकि वह कितें ना कितें पहलां वह उहनां नाल जुड़िया होया है, और जुड़न दे कारण फिर दुबारा वह उसनूं उहने पुनाया है। वह रोज़ रोण लग गया तां नहीं कुछ होएगा, उहनूं पता है किस टाइम की करना है, और उस दी वो वरतों करके भावें तरीका गलत सी, परंतु उस दी वो वरतों करके जित जांदा है। भाई अगर किसी व्यक्ति का उखड़े होया मन होवे, चंगे विचारां दी घाट होवे, वह कदे भी नेता नहीं बन सकता। भाई नेतियां च खासियत होंदी है, तुसीं जाके नेतियां दे थड़े दे उत्ते भला उहनां नूं 3-5 कर दो, सारे लोगों सामने बोलन नहीं लगे, वह चुप रहणगे, कहणगे भाई साहब माफ करो सानूं, क्योंकि उन्होंने पता है गल का इमोशंस की किवें वरतों कर रही है। जदों वोटा लैण आते हैं किवें देखो अपने प्यार बोलते हैं, वड्डियां बुजुर्गों के पैर फड़ते हैं, नान रोटी खाते, वह जुड़ना चाहते हैं भावनात्मक पद्धर से उन्होंने, ये लीडरशिप। और जो भावनात्मक बुद्धि की एक खासियत है तुहाडे अंदर लीडरशिप होगी, और जो तुसीं नहीं जुड़ रहे तो फिर भाई दिक्कत है, भावनात्मक बुद्धि की घाट है। अगला, अपनाए जाण लई दूजिआं नूं अपनाउणा। भाई अपनाए जाण लई दूजिआं नूं अपनाउणा एक गुण पैदा करना है। जो व्यक्ति दूजिआं नूं अपना लैंदा है, समाज उसनूं अपने आप ही अपना लैंदा है। दूजिआं नूं अपनाओ भाई, जिहड़ा अपना आले दुआले लोग है उहनां नूं अपना समझो, बगाना ना समझो उहनां नूं। जे तुसीं बगाना समझोगे तो फिर जुड़ ही नहीं सकोगे कदे उहनां नाल। जिहड़ा तुहाडा आला दुआला है उसनूं अपना समझो, और जिहड़ा अपने उहनां नूं अपना लैंदा है, समाज उहनां नूं अपना लैंदा है। भाई समाज विच तुहाडा सतिकार है वधेगा, इज्जत वधेगा, क्योंकि तुसीं अपने आले दुआले नूं अपनाया है, तुहाडा आला दुआला तुहानूं अपनावेगा। यही गल है अपनाए जाने लई दूजिआं नूं अपनाउणा। किधर आवे ना, तुसीं तां किसे नाल वरतदे नहीं, करदे नहीं, किसे दे इमोशंस नूं समझदे ही नहीं गे भाई, और फिर की कहिंदे आ कि तुसीं सोचदे हो कि असीं जुड़ जाईए, किवें जुड़ जाईए, फिर लड़ाइयां होणगीआं। भाई इहनां तों बचणा तां भावनात्मक बुद्धि दी वरतों। अगे संवेगां दा प्रगटावा, संवेग इमोशंस दा प्रगटावा किदे करिए। भाई संवेगां दा ढुकवां प्रगटावा भावनात्मक बुद्धि दी निशानी है, चंगे कारजां लई जरूरी है।
ਤੁਸੀਂ ਆਪਣੇ ਇਮੋਸ਼ਨਸ ਤੇ ਉਹਨਾਂ ਦਾ ਸਹੀ ਤੇ ਢੁਕਵਾਂ ਪ੍ਰਗਟਾਵਾ ਕਰਨਾ ਹੈ। ਐਵੇਂ ਵੀ ਨਹੀਂ ਹੋਵੇ ਕੋਈ ਰੋ ਰਿਹਾ ਤਾਂ ਤੁਸੀਂ ਜਾ ਕੇ ਖਲਾਰਾ ਹੀ ਪਾ ਦਿੱਤਾ, ਇੱਕ ਓਵਰ ਐਕਟਿੰਗ ਜੀ ਲੱਗੇ ਬਈ ਇਹ ਤਾਂ ਪਤਾ ਨਹੀਂ ਕਿਉਂ ਹੈ ਇੰਨਾ, ਤਾਂ ਅਸੀਂ ਸਾਡਾ ਪਿਓ ਮਰਿਆ ਅਸੀਂ ਦੁਖੀ ਨਹੀਂ, ਔਰ ਇਹ ਆ ਕੇ ਸਾਡੇ ਤੋਂ ਵੀ ਜ਼ਿਆਦਾ ਦੁਖੀ ਹੋ ਗਿਆ, ਕੀ ਗੱਲ ਹੋ ਗਈ। ਕਿਸੇ ਦੀ ਘਰ ਵਾਲੀ ਮਰੀ, ਇੰਨਾ ਤਾਂ ਅਸੀਂ ਦੁਖੀ ਨਹੀਂ ਜਿੰਨਾ ਇਹ ਦੁਖੀ ਹੋਇਆ ਪਿਆ। ਤੇ ਉਹਨਾਂ ਦਾ ਕੀ ਕਹਿੰਦੇ ਆ, ਸੰਵੇਗਾਂ ਦਾ ਸਹੀ ਤੇ ਢੁਕਵਾਂ ਪ੍ਰਗਟਾਵਾ ਕਰਨਾ ਸਹੀ ਤੌਰ ਤੇ। ਜਿਵੇਂ ਨੇਤੇ ਤੁਸੀਂ ਦੇਖੇ ਹੋਣਗੇ, ਨੇਤੇ ਸਹੀ ਟਾਈਮ ਤੇ ਰੋਣਾ ਤਾਂ ਬਿਲਕੁਲ ਸਹੀ ਟਾਈਮ ਤੇ, ਖੁਸ਼ ਹੋਣਾ ਤਾਂ ਬਿਲਕੁਲ ਸਹੀ ਟਾਈਮ ਤੇ, ਇੱਕਦਮ ਸਹੀ ਟਾਈਮ ਸਹੀ ਸਮਾਂ ਔਰ ਸਹੀ ਜਗ੍ਹਾ ਤੇ ਜੇ ਚੋਟ ਵੱਜ ਗਈ ਨਿਹਾਲ ਹੋ ਜਾਓਗੇ, ਔਰ ਜੇ ਥੋੜਾ ਵੀ ਇੱਧਰ ਉੱਧਰ ਹੋ ਗਿਆ ਤਾਂ ਸੂਪੜਾ ਸਾਫ ਕੰਮ ਹੋ ਜਾਏਗਾ। ਤਾਂ ਇਹਨੂੰ ਸਹੀ ਤੇ ਢੁਕਵਾਂ ਪ੍ਰਗਟਾਇਆ ਆਪਾਂ ਨੂੰ ਕਰਨਾ, ਔਰ ਆਪਾਂ ਇਹਨਾਂ ਗੱਲਾਂ ਤੋਂ ਜਾਣੂਗਾ। ਆਪਾਂ ਨੂੰ ਪਤਾ ਵੀ ਅੱਗੇ ਸੱਥਰ ਵਿਛਿਆ ਹੋਇਆ, ਸਿਆਪਾ ਪੈ ਰਿਹਾ, ਲੋਕ ਰੋ ਰਹੇ, ਆਪਾਂ ਵੀ ਚੁੱਪ ਚਾਪ ਰਹਿੰਦੇ ਹਾਂ ਔਰ ਉੱਥੇ ਜਾ ਕੇ ਸੋਗ ਚ ਪ੍ਰਗਟ ਹੋ ਜਾਂਦੇ ਹਾਂ। ਜੇ ਕਿਤੇ ਉੱਥੇ ਹੱਸੋਗੇ ਕਰੋਗੇ ਜੂਤ ਖਾਣ ਵਾਲੇ ਕੰਮ, ਖੁਸ਼ੀਆਂ ਦਾ ਮਾਹੌਲ ਹੈ, ਸਾਰੇ ਨੱਚ ਰਹੇ, ਆਪਾਂ ਚਲੇ ਗਏ, ਆਪਾਂ ਜਾ ਕੇ ਕੋਈ ਯੱਪ ਪਾਤਾ ਤੇ ਸਮਝੋ ਆਪਾਂ ਹਿੱਸਾ ਬਣ ਗਿਆ, ਕਟਾਪਾ ਸ਼ੁਰੂ। ਔਰ ਜੇ ਆਪਾਂ ਵੀ ਸਰੀਕ ਹੋ ਗਏ ਤਾਂ ਨਜ਼ਾਰੇ ਲੈ ਗਏ। ਤਾਂ ਇਸ ਲਈ ਆਪਣੇ ਸੰਵੇਗ ਨੇ ਉਹਨਾਂ ਤੇ ਕੰਟਰੋਲ, ਸਹੀ ਤੇ ਢੁਕਵਾਂ ਪ੍ਰਗਟਾਵਾ। ਸੰਵੇਗਾਤਮਕ ਬੁੱਧੀ ਦੀ ਖਾਸੀਅਤ ਹੈ ਉਹ ਕਰ ਲੈਂਦਾ ਹੈ ਬੰਦਾ। ਫਿਰ ਇੱਕ ਵਾਰ ਦੁਬਾਰਾ ਆਪਾਂ ਸੰਵੇਗਾਤਮਕ ਬੁੱਧੀ ਦੀ ਖਾਸੀਅਤ ਹੈ ਉਹਨਾਂ ਨੂੰ ਸੰਖੇਪ ਚ ਲੈਂਦੇ ਹਾਂ। ਦੇਖੋ ਇਹ ਸਾਰੀਆਂ ਵਿਸ਼ੇਸ਼ਤਾਵਾਂ ਤੁਹਾਡੇ ਅੰਦਰ ਹੈ, ਭਾਵੇਂ ਘੱਟ ਹੈ ਭਾਵੇਂ ਵੱਧ ਹੈ। ਹੁਣ ਤੁਸੀਂ ਕਰਨਾ ਘੱਟ ਹੈ ਤੁਹਾਨੂੰ ਵਧਾਉਣਾ, ਕਰਨਾ ਕੀ ਹੈ, ਇਮੋਸ਼ਨਸ ਤੇ ਕੰਟਰੋਲ ਔਰ ਸਹੀ ਪ੍ਰਗਟਾਵਾ, ਬਸ ਆਹੀ ਹੈ। ਦੇਖੋ ਸਵੈ ਚੇਤਨਾ, ਆਪਣੇ ਬਾਰੇ ਬੰਦੇ ਨੂੰ ਜਾਣੋ, ਸਹਿਯੋਗ, ਹਰ ਕਿਸੇ ਦੀ ਹੈਲਪ ਕਰੋ ਭਾਈ, ਸਹਿਯੋਗ ਕਰੋ ਭਾਵਨਾ ਨਾਲ ਜੁੜ ਕੇ। ਮਨੋਦਸ਼ਾ ਨਿਯੰਤਰਣ, ਆਪਣੇ ਮੂਡ ਤੇ ਕੰਟਰੋਲ, ਖਾਸੀਅਤ ਹੈ ਸੰਵੇਦਨਾਤਮਕ ਬੁੱਧੀ ਦੀ, ਮੂਡ ਤੇ ਕੰਟਰੋਲ ਕਰਦਾ ਹੈ ਅਗਲਾ। ਪ੍ਰੇਰਣਾ, ਮੋਟੀਵੇਟ ਵੀ ਕਰ ਸਕਦਾ ਹੈ। ਸਮਾਨ ਅਨੁਭਵਤਾ, ਜਿਹੜਾ ਉਹ ਅਨੁਭਵ ਕਰ ਰਿਹਾ ਉਹ ਜਾਂ ਆਪਾਂ ਅਨੁਭਵ ਕਰਨਾ ਹੈ। ਵਾਤਾਵਰਣ ਸਥਿਤੀਆਂ ਲਈ ਸਹੀ ਅਨੁਕਿਰਿਆ, ਵਾਤਾਵਰਣ ਦੇਖ ਲਓ, ਮਾਹੌਲ ਦੇ ਹਿਸਾਬ ਨਾਲ ਟਲ ਜਾਓ, ਮਾਹੌਲ ਦੇ ਹਿਸਾਬ ਨਾਲ ਆਪਣੀ ਪ੍ਰਤੀਕਿਰਿਆ ਦੇਣੀ ਹੈ ਮਾਹੌਲ ਦੇ ਹਿਸਾਬ ਨਾਲ। ਆਗੂਪੁਣ, ਲੀਡਰਸ਼ਿਪ, ਲੀਡਰਸ਼ਿਪ ਦਾ ਗੁਣ ਆ ਜਾਏਗਾ ਜੇ ਤੁਹਾਡੇ ਚ ਆ ਚੀਜ਼ ਹੈਗੀ, ਇਮੋਸ਼ਨਲ ਇੰਟੈਲੀਜੈਂਸ। ਅਪਣਾਏ ਜਾਣ ਲਈ ਦੂਜਿਆਂ ਨੂੰ ਅਪਣਾਉਣਾ, ਜੇ ਤੁਸੀਂ ਕਿਸੇ ਦੇ ਦਿਲਾਂ ਚ ਰਾਜ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦੇ ਦਿਲਾਂ ਵਿੱਚ ਤੁਹਾਡਾ ਰਾਜ ਹੋਣਾ ਚਾਹੀਦਾ। ਤੁਸੀਂ ਉਹਨਾਂ ਨੂੰ ਅਪਣਾਓਗੇ ਤਾਂ ਹੀ ਉਹ ਤੁਹਾਨੂੰ ਅਪਣਾਉਣਗੇ। ਤੁਸੀਂ ਉਹਨਾਂ ਨੂੰ ਅਪਣਾਇਆ ਨਹੀਂ, ਆਪਾਂ ਸੋਚੀ ਬਈ ਆਪਾਂ ਨੂੰ, ਮੈਂ ਅਮੀਰ ਹੈ, ਮੇਰੇ ਕੋਲ ਬਹੁਤ ਪੈਸਾ ਹੈ, ਮੈਂ ਇੰਨਾ ਵੱਡੇ ਪੋਸਟ ਦੇ ਉੱਤੇ ਇਹ ਮੈਨੂੰ ਅਪਣਾ ਲੈਣ, ਨਹੀਂ, ਇਮੋਸ਼ਨਸ ਤੌਰ ਤੇ ਅਗਰ ਜੁੜੇ ਹੋਏ ਹੋ ਉਹ ਤੁਹਾਨੂੰ ਅਪਣਾ ਲੈਣਗੇ। ਭਾਵੇਂ ਤੁਸੀਂ ਬਹੁਤ ਵੱਡੇ ਆਈ ਐਸ ਅਫਸਰ ਹੋ ਜਾਂ ਨਹੀਂ ਹੋ, ਭਾਵੇਂ ਤੁਸੀਂ ਇੱਕ ਸਧਾਰਨ ਜਾਂ ਕੀ ਕਹਿੰਦੇ ਆ ਕਿ ਹੋ ਇਨਸਾਨ ਹੋ, ਤਾਂ ਹੀ ਤੁਸੀਂ ਵੇਖਿਆ ਹੋਵੇਗਾ ਨੇਤੇ ਆ ਜਿਹੜੇ ਇਮੋਸ਼ਨਲ ਇੰਟੈਲੀਜੈਂਸ ਉਹਨਾਂ ਚ ਬਹੁਤ ਹੁੰਦੀ ਹੈ। ਜੇ ਤੁਸੀਂ ਨੇਤਾ ਹੋ ਤਾਂ ਭਾਵਨਾਤਮਕ ਬੁੱਧੀ ਹੈ ਉਹ ਬਹੁਤ ਹੋਣੀ ਚਾਹੀਦੀ ਤੁਹਾਡੇ ਅੰਦਰ। ਉਹਨਾਂ ਕੋਲ ਕੋਈ ਡਿਗਰੀ ਨਹੀਂ, ਉਹਨਾਂ ਸਾਹਮਣੇ IAS IPS ਫੇਲ ਹੈ। ਕਿਉਂ ਫੇਲ ਹੈ? ਕਿਉਂਕਿ ਉਹਨਾਂ ਦਾ ਜਿਹੜਾ ਭਾਵਨਾਤਮਕ ਬੁੱਧੀ ਹੈ ਉਹ ਬੜੀ ਉੱਚੀ ਹੈਗੀ ਹੈ। ਉਹਨਾਂ ਨਾਲ ਉਹਨਾਂ ਲੋਕਾਂ ਦੇ ਦਿਲ ਜਿੱਤੇ, ਉਹਨਾਂ ਪਿੱਛੇ ਲੋਕ ਹੈ, ਔਰ ਉਹਨਾਂ ਨੇ ਲੋਕਾਂ ਨੂੰ ਜਾਣਿਆ, ਲੋਕਾਂ ਨੇ ਉਹਨਾਂ ਨੂੰ ਜਾਣਿਆ, ਤਾਂ ਉਹ ਰਾਜ ਕਰ ਰਹੇ ਹੈ। ਔਰ ਇੱਕ ਬਹੁਤ ਦਿਮਾਗ ਵਾਲਾ ਬੰਦਾ ਉਹਨਾਂ ਦੇ ਅੰਡਰ ਚ ਕੰਮ ਕਰ ਰਿਹਾ, ਇਹ ਭਾਵਨਾਤਮਕ ਬੁੱਧੀ ਦੀ ਤਾਕਤ ਹੈ। ਧਿਆਨ ਰੱਖਿਓ, ਇਹ ਭਾਵਨਾਤਮਕ ਬੁੱਧੀ ਦੀ ਤਾਕਤ ਹੈਗੀ ਹੈ। ਪਰ ਇੱਕ ਅਨਪੜ੍ਹ ਬੰਦਾ, ਘੱਟ ਪੜ੍ਹਿਆ ਲਿਖਿਆ ਬੰਦਾ, ਪਰੰਤੂ ਲੋਕਾਂ ਦੇ ਦਿਲਾਂ ਤੇ ਉਹ ਰਾਜ ਕਰਦਾ ਹੈ, ਉਹ ਇੱਕ ਵੱਡਾ ਨੇਤਾ ਹੈ। ਔਰ ਇੱਕ ਬਹੁਤ ਦਿਮਾਗ ਵਾਲਾ ਬੰਦਾ ਜਿਹੜਾ ਕਿ ਵੱਡੀਆਂ ਵੱਡੀਆਂ ਰਣਨੀਤੀਆਂ ਤਿਆਰ ਕਰਦਾ ਹੈ, ਉਹਦੇ ਵਾਸਤੇ ਭਾਸ਼ਣ ਤਿਆਰ ਕਰਦਾ ਹੈ, ਆਗੂ ਕਦੇ ਨਹੀਂ ਬਣ ਸਕਿਆ, ਉਹ ਸਿਰਫ ਪੇਪਰ ਵਰਕ ਉਹਦੇ ਪੱਲੇ ਆਇਆ, ਉਹ ਉਹਦੇ ਅੰਡਰ ਚ ਹੈ। ਇਹ ਭਾਵਨਾਤਮਕ ਬੁੱਧੀ ਦੀ ਤਾਕਤ ਨੂੰ ਸਮਝਣਾ ਤੁਸੀਂ, ਔਰ ਆਪਣੀ ਭਾਵਨਾਤਮਕ ਬੁੱਧੀ ਹੈ ਇਸ ਨੂੰ ਕੀ ਕਹਿੰਦੇ ਆ ਕਿ ਜ਼ਬਰਦਸਤ ਕਰਨਾ ਹੈਗਾ। ਜੇ ਆ ਜ਼ਬਰਦਸਤ ਹੋ ਗਿਆ ਤਾਂ ਜ਼ਿੰਦਗੀ ਬੜੀ ਜ਼ਬਰਦਸਤ ਹੋਵੇਗੀ ਭਾਈ। ਸੰਵੇਗਾਂ ਦਾ ਪ੍ਰਗਟਾਵਾ, ਆਪਣੇ ਸੰਵੇਗ ਹੈ ਜਿਹੜਾ ਉਹਨਾਂ ਦਾ ਪ੍ਰਗਟਾਵਾ ਕਰਨਾ, ਬਈ ਢੁਕਵਾਂ ਪ੍ਰਗਟਾਵਾ, ਸਹੀ ਸਮੇਂ ਤੇ ਸਹੀ ਤਰੀਕੇ ਨਾਲ ਢੁਕਵਾਂ ਪ੍ਰਗਟਾਵਾ ਹੈ ਜੋ ਉਹ ਹੋਣਾ ਚਾਹੀਦਾ ਹੈ। ਇਹ ਖਾਸੀਅਤ ਤੁਹਾਡੇ ਅੰਦਰ ਹੈ, ਭਾਵੇਂ ਘੱਟ ਹੋਣ ਭਾਵੇਂ ਵੱਧ ਹੋਣ, ਤਾਂ ਜਦੋਂ ਇਹ ਚੀਜ਼ਾਂ ਹੈ, ਵਿਵਹਾਰਕਤਾ ਜਿਹੜੀ ਤੁਹਾਡੇ ਅੰਦਰ ਹੈ ਉਹਨੂੰ ਹੀ ਕੱਢ ਕੇ ਦੱਸਣ। ਜਦੋਂ ਇਹ ਚੀਜ਼ ਆਪਣੇ ਕਲੀਅਰ ਹੋ ਗਈ, ਪਿੱਛੇ ਰਹਿ ਕੁਛ ਵੀ ਪੁੱਛ ਲੈ ਭਾਈ ਕੁਛ। ਹੁਣ ਮਹੱਤਤਾ ਦੀ ਗੱਲ ਕਰਾਂਗੇ, ਚਲੋ ਮਹੱਤਤਾ ਦੀ ਗੱਲ ਕਰ ਲੈਂਦੇ ਹਾਂ ਭਾਈ। ਭਾਵਨਾਤਮਕ ਬੁੱਧੀ ਦੀ ਮਹੱਤਤਾ ਕੀ ਮਹੱਤਵ ਹੈ ਇਹਦਾ, ਉਸ ਦੀ ਗੱਲ ਕਰ ਲਈ। ਭਾਵਨਾਤਮਕ ਬੁੱਧੀ ਦੀ ਮਹੱਤਤਾ ਇਹ ਜਿਹੜੇ ਨੁਕਤੇ ਥੱਲੇ ਦਿੱਤੇ ਹੋਏ ਆ ਉਹਨਾਂ ਦੇ ਆਧਾਰ ਤੇ ਪਰਖੀ ਜਾ ਸਕਦੀ ਹੈ। ਚੰਗੇ ਸ਼ਬਦਾਂ ਦੀ ਵਰਤੋਂ, ਦੂਜੇ ਲੋਕਾਂ ਨਾਲ ਚੰਗੇ ਸੰਬੰਧ ਸਥਾਪਿਤ ਕਰਨ ਲਈ
जरूरी है चंगे शब्द वरते जाने। शब्द है जिहड़े, जिन्ने वधिया शब्द तुसी वरतोंगे उन्ने ही वधिया जुड़ाव उन्हां नाल होवेगा। हुण तुसी शब्द तुहाडे इन्ने बेकार है, तुहाडी भाषा इन्नी रद्दी है कि अगले दे चुभदी है, शब्द चुभदे है तुहाडे। और एक ए शब्दां दा जिहड़ा काह है ना, काव, यह इन्ना तकड़ा हुंदा कि पर्दा नहीं गा। तुसी किसी दे फट मार दो कोई दिक्कत नहीं, पर शब्दां दा काव मारिया छेती जे पर्दा नहीं। चंगे शब्दों की वरतों करनी आनी चाहिए है, अपने अपने शब्दों के उत्ते कंट्रोल होवे, चंगे शब्दों की आप वरतों करिए। दूर दूरों दूजो ही तुसी परख लोगे भाई आ बंदा, देखो नेते तुसी वेखे होणगे या एक चंगा बंदा सरपंच या कोई भी चौधरी बंदा है जिहड़ा, ओ या ओ एक साधारण जिहा इंसान जिहड़ा भावें वड्डा चौधरी नहीं गा, ठीक है, वो है कि घरे उनकी बहुत बनती है, घर वाले सारे खुशी है, समाज वाले बड़े खुश है उनके तो, समाज तो, क्योंकि उन्हें की किया है, इमोशनल इंटेलिजेंस में वो जानता है, चंगे शब्दों की वरतों करता है, किसी नाल माड़े शब्द कदे उन्हें बोले नहीं, कदे माड़े शब्द नहीं बोले। ये नुकता है, तुसी परख सकते हो भाई ये बंदा बहुत वधिया है, क्योंकि एक बार जो किसी नाल माड़े शब्द बोलते ना बिगड़ जाएगी, बनेगी नहीं, वो स्पेस बना लेगा। चंगे शब्द तो परख सकते हैं भाई आप, चंगी सेहत, भावनात्मक बुद्धि एक बच्चे भी चंगी शरीरक ते मानसिक सेहत प्रदान करती है। जे भावनात्मक तौर ते, भावनात्मक तौर ते ओ बंदा चंगा है तो उसकी सेहत भी चंगी है, क्योंकि भावना अगर चंगी है ना तुहाडी, तुहाडा माड़ा हो ही नहीं सकता। अरे जे भावना ही माड़ी हैगी है, माड़ी भावना है, दूजे नूं वेखदे हो तरक्कियां वेखदे हो सड़दे हो, अपना शरीर खराब कर दे, दूजे नूं देख के बलदे हो, तुहानूं गुस्सा आंदा है, अरे भाई अंदर की आऊगा, गुस्सा आऊगा, सड़ूगा शरीर, अरे शरीर किंदा खराब होया, तुहाडा ही खराब होया। और जे कि तुहाडी भावनात्मक बुद्धि है ओ तकड़ी है, सेहत तकड़ी होगी, क्योंकि तुसी किसे दूजे नूं वेख के, दूजे की तरक्की नूं वेख के बलोंगे नहीं, सड़ोंगे नहीं, उहदे नाल मुकाबला करोगे, प्रतियोगिता कंपटीशन मुकाबला करोगे तुसी, ठीक है, वो मुकाबला नहीं, दूजा वो एक साफ सुथरा मुकाबला होवे, चंगी सेहत तुहाडी होवेगी। और जे किते देख देख के सड़दे पलदे हो, सेहत कित्थों बन जाएगी। इस कारण भावनात्मक बुद्धि है जिहड़ी वो चंगी सेहत भी प्रदान करती है, शरीर के विकास च भी सहायता करती है। अगे आ जी चंगीआं प्राप्तियां, इस गल विच भी महत्ता है, इस नुक्ते तो भी आप परख सकते हैं बंदे की भावनात्मक बुद्धि, उनकी प्राप्तियां तो, वह अपन अकादमिक प्राप्तियां चंगा प्रदर्शन कर सकता है। कोई बंदा अकादमिक प्राप्तियां उनकी बहुत बड़ी हैं, वह टोपर रहा, कॉलेज का टोपर रहा, परंतु वह जरूरी नहीं कि वह चंगा विद्यार्थी हो, तो लड़ाई खोरा हो, किसी बनती ना हो, और वह सोचता ये की है सारे इन्हों का दिमाग ही नहीं काम करता, दिमाग तो मैं लाई फिर यह पतंदर आई है, हर बार टोप करीद, यह की हो गया। इस तरह जो आला दुआला है, आले दुआले वाले लोग है जो वो थोड़े तो दूर रहने लग जाएंगे। चंगिया प्राप्तियां अगर तुसी कीती है तो उनके विच किते ना किते तुहाडी भावनात्मक बुद्धि और होर लोग जिहड़े तुहाडे जुड़े हुए वो है, उन्हों का योगदान रहा है। देखो ये गल अक्सर लोग कहें, अगर दिल साफ है ना, तुहाडी दिल साफ है, भावना अगर साफ है, तुसी ऊंचाइया ते जाओगे, नीयत खोटी है फिर कुछ नहीं हो सकता। गल आई है किसी दी चंगीआं प्राप्तियां दा, अगर पैमाना अगर तुसी वेखोगे तो भावनात्मक बुद्धि के तौर पर देख सकते हैं आप भी किन्नी प्राप्ति है। किसी का भी एग्जाम्पल ले लो, भी मोदी साहब का ले लो, चाह बेचते सी होर किन्ने वड्डे चले गए, अपने अपने MLA गोड़ साहब का ले सकते हो तुसी भाई, एक यानी कि शुरू तो एक आम आदमी तो जिंदगी शुरू की, और किस तरीके नाल एक माहौल बनया और ओ लोग उलर गए उन्होंने तरफ, भाई ये बंदा बड़ा चंगा है, बड़ा सीधा है, ये वो उसने जुड़ गए उन्होंने, तो वह किवें देखो उन्होंने प्राप्ति कर ली। एक साधारण
आदमी तो लैके, एक छोटी नौकरी करने वाले तो लैके, और अज शहर दे एमएलए बन गए, किदा भावनात्मक बुद्धि दे दम ते चंगीआं प्राप्तियां कीतीआं। अकैडमिक तौर पर तुहाडा प्रदर्शन बहुत शानदार है, जरूरी नहीं कि तुसी भावनात्मक तौर पर भी बहुत तकड़े हो। अजे होर भी बहुत उदाहरण तुसी वेख सकते हो भाई, जब सुरजीत पात्र साहब है भाई, होर भी जेडे राइटर है नानक सिंह वर्गे, देखने च लगते नहीं सी भाई इन्ना वड्डा लिखारी है, परंतु जो गल्लां करदे सी तां एवें लगदा सी भाई जिहड़ी लिखत है इह तां उस तों ही वड्डा लिखारी है। इह गल्लां उन्हां दी प्राप्तियां जिहड़ियां है उन्हां नूं अगर मापना है तां भावनात्मक बुद्धि, घट औपचारिकता। घट औपचारिकता भाई, औपचारता है, औपचारिकता तो हिंदी च हो जाएगा, पंजाबी च अगर आप टालांगे पचावांगे तो औपचारिकता शब्द बनेगा। वो लोग है ना औपचारिक बहुत घट होंगे है, औपचारिक बहुत घट होंगे है, जेडे बंदे इमोशंस इमोशनल होंगे है, औपचारिकता घट होंगे, आओ जी बैठो जी, नहीं नहीं जैसे ही आते उन्होंने मन जैसे अपने घर कोई आया कोई औपचारिकता नहीं, सीधा आया आओ बैठो जी ये वो, और मतलब खुश हो गया आप गल्ला कर रहे हैं जुड़े हुए हैं, अगले नूं एवें लगेगा है स्वाद आ गया यार, अगला अपना दाल फुलका चका दो तुसीं, और एक तुसीं औपचारिक हो बिल्कुल आया हाँ जी सत श्री अकाल बैठो सर आ रहे हैं या कोई अंदर है पापा जी आ रहे हैं तुसीं बैठो, अगला बैठा हुआ है फिर आए चलो बेटा कॉफी लेके आओ, कॉफी ले आए उन्होंने बादाम भी खवाते, पर वह स्वाद जा नहीं आएगा। एक तुसीं आए बिल्कुल दिल नाल जुड़े हो जैसे तुहाडे घरे आया और तुसीं उसनूं बहुत खुशी नाल मिले हो, तुहाडे खुशी है चेहरे दे उत्ते, तुसीं मिले बिठाया कोई औपचारिकता नहीं, बैठे और बड़िया प्यार भरिया गल्लां कीतियां, भावें तुसीं चाह पिला दो बादाम काजू ना खाओ खुश हो, कहिंदा नज़ारा ही आ गया जी किसी दर्शनी देह नूं मिल के आया। ये जिहड़े इत्थों पता लगदा है बुद्धि दा, ये की है कि महत्ता है भावनात्मक बुद्धि की महत्ता है, इन्हां नूं इन्हां नुकत्यां उत्ते परख सकदे हो, तुसीं वेख सकदे हो हाँ भाई चंगे शब्द चंगे शब्दों की वरतों कर रहे हैं भावनात्मक बुद्धि, चंगी सेहत है, चंगी प्राप्तियां ने, बहुत घट औपचारिक है, ये नुक्ते है जिससे भावनात्मक बुद्धि परखी जा सकती है, ये महत्ता है जिस नाल पता चलता है कि यह बंदा भावनात्मक तौर पर बहुत ही पहुंचा होया है वधिया है। हुण अगे आपां गल करिए भावनात्मक बुद्धि का विकास, उसके विकास बारे गल करिए, भावनात्मक बुद्धि के विकास लई हेठां हुण जिहड़े अगे आपां नुक्ते कर रहे हैं वह बड़े सहाई हो सकते हैं भाई। पहला, दूजियां दी भावनावां नूं सही तरीके नाल समझ लैणा, उनकी गलत व्याख्या नहीं करनी, जे कितने दूजे की भावना की गलत व्याख्या करती नहीं जुड़ सकांगे आपां कदे उस नाल, दूजे की भावनावां की सही व्याख्या करनी और उनकी भावना अपनी भावना अटैच कर दे, जुड़ जाओगे तुसीं उहदे नाल, और यह चीज़ आपां नूं पता है दूजे की भावनावां नूं समझना, दूजे की भावनावां नूं ठीक ढंग नाल समझना, उनके विचारां नूं उनदियां भावनावां नूं समझना, उनदियां भावनावां का आदर करना सत्कार करना बुद्धि का विकास हो गया। तुहाडी भावनात्मक बुद्धि का विकास हो गया, तुसीं अगले की भावना नूं समझ लिया, उनकी मेच की कर ली, हार की कर ली, और उनकी भावनावां नूं समझ लिया, इज्जत कर लिया, सत्कार कर लिया। भावनात्मक बुद्धि का विकास हो गया। अगली गल, विचार अते भावना विच अंतर स्पष्ट, विचार अते भावना च अंतर स्पष्ट करना। कई बार एवं हो सकता है कि तुहाडा जिहड़ा दोस्त है उनके विचारां नाल तुसीं सहमत ना हो, परंतु फिर भी तुहाडी उनके नाल बनती है। क्यों बनती है? इमोशनल अटैचमेंट हैगा भावनात्मक बुद्धि दे कर, और आपां कहने भाई हाँ तैनूं यह लगता है भाई आह गल सही है, परंतु मैं मेरे दिल की दसा मैनू आ सही नहीं लगती, तू दारू पीना पार्टी करदा है ये वो, दारू पीना गलत है, मैं सही नहीं मनदा, तू इहनू छड़ दे। विचार ते भावनावां विचकार अंतर स्पष्ट करन दी योग्यता होनी चाहिए है। ओ बंदा दारू पींदा है तुसी नहीं पींदे, तुहाडा दोस्त है, एक ना एक दिन जरूर आऊगा तुहाडे कहण ते दारू छड़ देगा, परंतु फिर भी इहदा कोई मतलब उहदे विचार नहीं मिल रहे,
परंतु फिर भी भावनात्मक तौर से तुसी जुड़े हुए हो, भावनात्मक तौर से तुसी जुड़े हुए हो, यह भावनात्मक बुद्धि का विकास है। एवं नहीं छड़ परा, चंगा दोस्त सी दारू पीण लग गया, मुसीबत च पै गया, छड़ो परा भाई, गंदा हो गया, बेकार हो गया, नहीं, उन्हों उस चिक्कड़ चो कढ़ना है। दूजिया नूं समझना अते उन्हां दी भावना नूं समझण लई व्यक्ति नूं चंगा स्रोता होना चाहिए। किधर एवं नहीं भी मैं खुद ही लग्या रहे, बंदा दबड़ 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 बोली गया, अगली की गल समझी नहीं। अरे भाई अगले की गल समझो, अपनी गल रखो, दोनों की गलों का मेच करो, इमोशनल अटैचमेंट करो भाई। एवं नहीं नहीं आ तेरी गल तो गलती है भरावो, मेरी गल सही आ रही है, ऐ नहीं होंगे। आप भावना समझ दे, अगले की भावना सत्कार करना है, अपनी भावना रखनी है, उन्होंने आप ही पता लग जाएगा। एवं नहीं होंगी गल कटती तेन तो पता ही नहीं गा, एवं थोड़ी होंगे मनु पता आ देख ला एवं होंगे, नहीं तुम कहो हाँ इदा हो सकता है, परंतु मैं कह रहा कि इदा भी हो सकता है। फिर वो कहता हाँ यार तेरी गल तो सही है, इदा ज्यादा वधिया हो सकता है। तो वह की होंगे कि चलो आदा कर लेने, तो प्यार प्यार च कम हो गया, और एक अपने सामने इदा आप आ की है, एवं थोड़ी होंगे तुम हमेशा गलत काम करोगे, ऐ नहीं होंगे। इधर देखो ए होगा, अगले चुप हो जाएंगे, जिनी मर्जी वधिया गल उन्होंने पसंद नहीं आएगी, बिल्कुल पसंद नहीं आएगी, फिर देख कमाल ही होगी, साड़ी तो सुनी नहीं। अरे बई अगलिया की सुनो, अपनी रखो, फिर स्वाद है। एवं फिर की फायदा, बिना काम तो आप लगे पे हैं, कुछ निकलना नहीं। फिर संवेग अते भावनावां नूं अपने टीचियां नूं प्राप्त करने लई एक शक्ति या प्रेरणा स्रोत वजों वरतना, नेते बड़े वरतदे है बहुत टाल टाइम, किन्ने इमोशन हो जाते हैं, किन्ने जुड़ के अगले कहते चको रोन लग जाते बंदे भी, तुसी वेखो। और जे भावनात्मक तौर पर तुसी जुड़े हुए किसी ना तो वह जरूर तुहाड़े नाल खड़नगे। तुसी देखिया होगा टिकैत साहब का उदाहरण लैंदा है मैं, किसान मंच के उत्ते एक बार उन्होंने उत्ते पै गए पुलिस वाले या होर मुसीबत च आ गए, और रोन लग गए, कह लगे मैं इन्ना कुछ तुहाडे वास्ते कीता, अज आ जाओ बचा लो अपने अपने देश नूं, अपने इस नूं बचा लो, इहनूं बचा लो। इस तरीके नाल एक इमोशनल तौर पर इन्ना तकड़ा उन्होंने भाषण दिता, जेडे लोग उन्होंने उन्होंने जुड़े हुए थे रातों रात की कहते उन्होंने आके खड़ गए। यह भावनात्मक बुद्धि की ताकत सी, यह अपने विचार अपने भावनावां अपने टीचियां लई शक्ति के रूप च वरतिया, और वह मसला सी जिहड़ा उसनू अपने तरीके हल किया। यह वक्री गल है कि सरकारां नाल ते उन्हां नाल उन्हां दे विचार किहो जिहे रहे, हर एक बंदे दी अपने अपने विचार हुंदे आ, आप किसी एक का पक्ष नहीं पूर रहे, सिर्फ यह गल कह रहे हैं कि वह उन्हों का विचार सीगा, वह सरकार का विचार से, मिल बैठ के मसले को हल कर लिया दोनों ने, दोनों की ही चंगी समझदारी सी, पर दोनों ही सत्कारयोग ने। तो यही गल किस तरीके अपनी बुद्धि की वरतों करके अपने टीचियां हासिल कर लेंगे हो, और जे तुसी किसी नाल दिलों जुड़े हुए हो तुसी कहोगे आ जा यार मनु इत्थे कुट्टण पै गए या कुछ भी पै गए, अगला हथों हथ आ जाएगा, और जो दिमाग नाल जुड़े हुए हो तो वह भी दिमाग का इस्तेमाल करूगा, पूछूगा की गल होगी, क्या यार भरावा इत्थे तुहाडा डंगा लै कुट्टणा है पे, वह एवं करदा मैं पुलिस को फोन कर दें, वो पुलिस को फोन करूगा, उत्थे पहुंचूगा नहीं, लेट पहुंचूगा या कुछ भी, क्योंकि हुण दिमाग दे खेल चल रहे। जदों भावना नाल जुड़दा है ना, फिर कुछ दिमाग बारे ही सोचदा, फिर भावना नाल जुड़दा है, अगला जाके सीधा ठुकदा है। और लोग तुसी वेख्या होगा प्यार की भावना च बह के चान भी कुर्बान करती गई ने। भावनात्मक बुद्धि के विकास लई केवल ज्ञानात्मक कुशलता ही जरूरी नहीं है, भावनात्मक कुशलतावां भी जरूरी नहीं। भावनात्मक तौर पर कुशल हो गए, एवं नहीं भी चंगी बुद्धि हो, भावनात्मक तौर पर भी चंगी बुद्धि हो, सामान्य बुद्धि हो, कोई दिक्कत नहीं। भावनात्मक बुद्धि है जो वह अगर वधी है तो बड़ा तकड़ा एडजस्टमेंट होगा समाज के अंदर। उनका बच्चे विच खुशी प्यार हिम्मत दलेरी इन्ना संवेगा का विकास करना चाहिए, इन्हों का विकास होगा तो यह वध सहयोगी रहेंगे। असी अपनी भावनावां का प्रगटावा इक्षक ढंग नाल अनुचित समय से ठीक मात्रा विच प्रगटा करिए, अपनी भावनावां का अनुचित नहीं उचित समय से पाई, अपनी भावनावां का जिहड़ा प्रगटा है वह उचित समय से सही तरीके नाल किया जाए।
ਇਹ ਹੈ। ਇਹ ਵਿਕਾਸ ਦੀਆਂ ਹੀ ਤਾਂ ਗੱਲਾਂ ਹੈ। ਭਾਵਨਾਤਮਕ ਬੁੱਧੀ ਦਾ ਵਿਕਾਸ ਹੋ ਗਿਆ, ਆਪਾਂ ਨੂੰ ਕਿੱਦਾਂ ਪਤਾ ਲੱਗੇਗਾ? ਆਪਾਂ ਨੂੰ ਕਿਵੇਂ ਭਾਵਨਾਤਮਕ ਬੁੱਧੀ ਦਾ ਵਿਕਾਸ ਹੋ ਗਿਆ, ਆਪਣੀ ਭਾਵਨਾਤਮਕ ਬੁੱਧੀ ਦਾ ਵਿਕਾਸ ਹੋ ਗਿਆ, ਆਪਾਂ ਨੂੰ ਕਿਵੇਂ ਪਤਾ ਲੱਗੇਗਾ? ਆਪਾਂ ਨੂੰ ਪਤਾ ਲੱਗ ਗਿਆ ਆਪਾਂ ਸਮਾਜ ਦੇ ਅੰਦਰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਰਹੇ ਹਾਂ, ਉਹਨਾਂ ਦਾ ਸਤਿਕਾਰ ਕਰ ਰਹੇ ਹਾਂ, ਉਹਨਾਂ ਦੀ ਭਾਵਨਾਵਾਂ ਦੀ ਇੱਜ਼ਤ ਕਰ ਰਹੇ ਹੈਗੇ ਆ, ਲੋਕ ਆਪਾਂ ਨੂੰ ਇੱਜ਼ਤ ਦੇ ਰਹੇ, ਆਪਾਂ ਉਹਨਾਂ ਨੂੰ ਇੱਜ਼ਤ ਦੇ ਰਹੇ, ਉਹ ਆਪਣੇ ਨਾਲ ਖੜ ਰਹੇ ਆ ਭਾਈ, ਆਪਾਂ ਆਪਣੇ ਜਿਹੜੇ ਟੀਚੇ ਪ੍ਰਾਪਤ ਕਰਨੇ ਹੈਗੇ ਆ, ਜੋ ਵੀ ਆਪਾਂ ਲੱਗੇ ਹੋਏ ਆ ਪੜ੍ਹਾਈ ਕਰਨ ਵਾਸਤੇ, ਹੁਣ ਕਿਤੇ ਨਾ ਕਿਤੇ ਇਮੋਸ਼ਨਲ ਤੌਰ ਤੇ ਆਪਣੇ ਜੁੜੇ ਹੋਏ ਆ, ਆਪਾਂ ਪੜ੍ਹਾਈ ਕਰ ਰਹੇ ਔਰ ਆਪਣੇ ਨਾਲ ਜੁੜੇ ਹੋਏ ਲੋਕ ਭਾਂਡੇ ਮਾਂਜ ਰਹੇ ਆ। ਦੇਖੋ ਕਿੰਨਾ ਪਿਆਰ, ਇਹ ਕਿਵੇਂ ਹੋਇਆ? ਇਹ ਇਮੋਸ਼ਨਲ ਇੰਟੈਲੀਜੈਂਸ ਹੈ ਭਾਈ। ਇੱਕ ਬੰਦੇ ਦੀ ਘਰ ਵਾਲੀ ਤਿਆਰੀ ਕਰ ਰਹੀ ਹੈ, ਉਹਨੂੰ ਉਮੀਦ ਹੈ ਭਾਈ ਮੇਰਾ ਜਿਹੜਾ ਸਾਥੀ ਹੈ, ਜੀਵਨ ਸਾਥੀ ਹੈ, ਇੱਕ ਵਾਰ ਲੱਗੇਗਾ ਮੈਂ ਇਹਦੇ ਨਾਲ ਖੜਾ, ਉਹ ਭਾਂਡੇ ਮਾਂਜ ਰਿਹਾ, ਕੱਪੜੇ ਧੋ ਰਿਹਾ, ਜਾਂ ਘਰੇ ਉਹਨੇ ਕਿਸੇ ਪ੍ਰਕਾਰ ਦਾ ਕੋਈ ਐਡਜਸਟਮੈਂਟ ਕੀਤਾ, ਭਾਵੇਂ ਉਹਨੇ ਪਹਿਲਾਂ ਨੌਕਰ ਨਹੀਂ ਰੱਖਿਆ ਪਰ ਹੁਣ ਨੌਕਰ ਰੱਖ ਲਿਆ, ਕਿ ਨਹੀਂ ਤੂੰ ਆਪਣੇ ਦੱਬ ਕੇ ਪੜ੍ਹਾਈ ਕਰ, ਇਸ ਪਰ ਲੱਗਣਾ ਹੈ, ਤੂੰ ਆਪਣੇ ਪੇਕੇ ਚਲੀ ਜਾ, ਤੂੰ ਜੁਆਇਨ ਕਰ ਲੈ ਲਾਇਬ੍ਰੇਰੀ ਜੁਆਇਨ ਕਰ ਲੈ। ਕਿੰਨਾ ਇਮੋਸ਼ਨਲ ਅਟੈਚਮੈਂਟ ਹੈ, ਤੇ ਇਹ ਕਿਸ ਕਾਰਨ ਹੋਇਆ? ਭਾਵਨਾਤਮਕ ਬੁੱਧੀ ਕਾਰਨ ਹੋਇਆ। ਕਿਤੇ ਨਾ ਕਿਤੇ ਉਹ ਭਾਵਨਾਤਮਕ ਤੌਰ ਤੋਂ ਜੁੜੇ, ਆਪਣਾ ਜਿਹੜਾ ਮੈਸੇਜ ਆ ਉਹ ਕਨਵੇ ਕਰ ਸਕੇ, ਭਾਵੇਂ ਉਹ ਘੱਟ ਤਿਆਰੀ ਕਰ ਰਹੀ ਹੈ, 3-4 ਘੰਟੇ ਹੀ ਅਗਰ ਪੜ੍ਹ ਰਹੇ, ਪਰੰਤੂ ਫਿਰ ਵੀ ਉਹਦੇ ਨਾਲ ਜੁੜਿਆ ਬੰਦਾ ਇਹ ਨਹੀਂ ਕਹਿੰਦਾ ਕਿ ਨਹੀਂ ਨੰਬਰ ਨਹੀਂ ਆਉਣਾ, ਉਹ ਕਹੂਗਾ ਨਹੀਂ ਲੱਗੇ ਰਹੋ, ਨੰਬਰ ਆਊਗਾ, ਕਿਉਂਕਿ ਉਹ ਸਤਿਕਾਰ ਕਰ ਰਿਹਾ, ਇੱਜ਼ਤ ਕਰ ਰਿਹਾ ਭਾਵਨਾ ਦਾ। ਇਹੀ ਚੀਜ਼ ਤਾਂ ਹੁੰਦੀ ਹੈ, ਇਹ ਸਭ ਤੋਂ ਤੁਸੀਂ ਜਾਣੂ, ਇਹੀ ਹੈ ਭਾਈ, ਇਹ ਭਾਵਨਾਤਮਕ ਬੁੱਧੀ ਹੈ। ਹੁਣ ਅੱਗੇ ਅਧਿਆਪਕ ਦੀ ਭੂਮਿਕਾ। ਇੱਕ ਅਧਿਆਪਕ ਹੈ ਜਿਹੜਾ ਉਹ ਬੱਚੇ ਦੀ ਭਾਵਨਾਤਮਕ ਬੁੱਧੀ ਦੇ ਵਿਕਾਸ ਦੇ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ, ਕਿਉਂਕਿ ਘਰ ਤੋਂ ਬਾਹਰ ਬੱਚਾ ਸਕੂਲ ਦੇ ਵਿੱਚ ਜਾਂਦਾ ਹੈ, ਉਹ ਅਧਿਆਪਕ ਦੀ ਨਿਗਰਾਨੀ ਹੇਠਾਂ ਰਹਿੰਦਾ ਹੈ, ਜਿਹੜੇ ਉਸ ਲਈ ਅਧਿਆਪਕ ਹੈ ਜਿਹੜਾ ਉਸ ਲਈ ਦੋਸਤ ਹੈ, ਦਾਰਸ਼ਨਿਕ ਹੈ, ਸਭ ਕੁਛ ਹੈ, ਆਗੂ ਹੈ ਉਹਦਾ। ਇੱਕ ਅਧਿਆਪਕ ਪਾਠਕ੍ਰਮ ਦੇ ਵਿੱਚ ਜਿਹੜਾ ਸ਼ਾਮਿਲ ਹੈ ਵਿਸ਼ਾ ਵਸਤੂ ਜਾਂ ਜੋ ਵੀ ਚੀਜ਼ ਸ਼ਾਮਿਲ ਹੈ, ਕਨਸੈਪਟ ਸ਼ਾਮਿਲ ਹੈ, ਇਕੱਲਾ ਉਹੀ ਨਹੀਂ ਸਮਝਾਉਂਦਾ, ਉਹ ਇੱਕ ਚੰਗਾ ਅਧਿਆਪਕ ਉਹਦੇ ਨਾਲ ਨਾਲ ਉਹ ਸਿਖਾਉਂਦਾ ਹੈ, ਉਸ ਬੱਚੇ ਨੂੰ ਜੀਵਨ ਜਾਚ ਸਿਖਾਉਂਦਾ ਹੈ, ਉਹਦੀ ਭਾਵਨਾਤਮਕ ਬੁੱਧੀ ਦਾ ਵਿਕਾਸ ਕਰਦਾ ਹੈ, ਉਹ ਬਾਰ ਬਾਰ ਬੱਚਿਆਂ ਨੂੰ ਕਹਿੰਦਾ ਹੈ ਤੁਸੀਂ ਪਿਆਰ ਨਾਲ ਰਹੋ, ਇੱਕ ਦੂਜੇ ਦੀ ਭਾਵਨਾਵਾਂ ਨੂੰ ਸਮਝੋ, ਇੱਕ ਦੂਜੇ ਦਾ ਸਤਿਕਾਰ ਕਰੋ, ਇੱਜ਼ਤ ਕਰੋ, ਪਿਆਰ ਕਰੋ, ਫਿਰ ਦੇਖੋ ਕਿੱਦਾਂ ਗੱਲ ਬਣਦੀ। ਇਹ ਗੱਲਾਂ ਉਹ ਬਾਰ ਬਾਰ ਕਹਿੰਦੇ, ਇੱਕ ਅਧਿਆਪਕ ਦੀ ਭੂਮਿਕਾ ਹੈ ਕਿ ਇਕੱਲਾ ਉਹ ਪਾਠਕ੍ਰਮ ਹੀ ਨਾ ਕਰਾਵੇ, ਪਾਠਕ੍ਰਮ ਦੇ ਨਾਲ ਨਾਲ ਜਿਹੜੀ ਇਮੋਸ਼ਨਲ ਬੁੱਧੀ ਹੈ ਇਹਦਾ ਵੀ ਵਿਕਾਸ ਕਰਾਵੇ, ਆਈ ਕਿਊ ਦੇ ਨਾਲ ਈ ਕਿਊ ਇਮੋਸ਼ਨਲ ਇੰਟੈਲੀਜੈਂਸ ਉਹਦਾ ਵਿਕਾਸ ਵੀ ਕਰਨਾ। ਹੋਰ ਆਈ ਕਿਊ ਦਾ ਵਿਕਾਸ ਕਰਨਾ ਅਧਿਆਪਕ ਹੈ ਜੋ ਇੰਨਾ ਬਥੇਰੇ ਸਫਲ ਨਹੀਂ ਹੋ ਸਕਦਾ, ਕਿਉਂਕਿ ਆਈ ਕਿਊ ਉਸਦੇ ਹਿਸਾਬ ਦਾ ਹੋਵੇਗਾ, ਪਰੰਤੂ ਫਿਰ ਵੀ ਪ੍ਰਮਾਤਮਾ ਨੇ ਕੋਈ ਜ਼ਿਆਦਾ ਫਰਕ ਨਹੀਂ ਪਾਇਆ ਇਸ ਦੇ ਉੱਤੇ। ਮੈਂ ਇੱਕ ਜਿਹੜੀ ਬ੍ਰੇਨ ਪਾਵਰ ਹੈ, ਬ੍ਰੇਨ ਪਾਵਰ ਦੀ ਵੀਡੀਓ ਵੀ ਬਣਾ ਰੱਖੀ ਹੈ ਬਈ, ਤੇ ਉਸ ਵਿੱਚ ਦੱਸਿਆ ਗਿਆ ਹੈ, ਤੁਸੀਂ ਐਵੇਂ ਨਾ ਸੋਚੋ ਬਈ ਮੈਂ ਮੇਰੇ ਤੋਂ ਹੁਸ਼ਿਆਰ ਹੈ, ਨਹੀਂ ਕੋਈ ਦਿੱਕਤ ਨਹੀਂ, ਜੇ ਥੋੜ੍ਹਾ ਬਹੁਤ ਹੁਸ਼ਿਆਰ ਹੈ ਉਹ 6 ਘੰਟੇ ਪੜ੍ਹਦਾ, ਤੂੰ 6.5 ਘੰਟੇ ਪੜ੍ਹ ਲਓ, ਬਸ ਬਰਾਬਰ ਹੋ ਜਾਊਗਾ, ਇੰਨਾ ਹੀ ਫਰਕ ਹੁੰਦਾ 15 ਮਿੰਟ 1/2 ਘੰਟੇ ਦਾ, ਐਵੇਂ ਥੋੜ੍ਹੀ ਹੈ। ਜੇ ਉਹ ਇੰਨਾ ਹੁਸ਼ਿਆਰ ਹੈ ਤਾਂ ਇੱਕ ਵਾਰ ਕਿਤਾਬ ਪੜ੍ਹੇ ਔਰ ਜਾ ਕੇ ਪੇਪਰ ਕਲੀਅਰ ਕਰਕੇ ਦੱਸ ਦੇ, ਮੈਂ ਇੱਥੇ ਹੀ ਬੈਠਾ, ਮੇਰੇ ਕੋਲ ਆ ਜਾਓ, ਬੜਾ ਦਿਮਾਗ ਹੈ, ਕੋਈ ਕਵੇ ਮੇਰਾ ਬੜਾ ਦਿਮਾਗ ਹੈ, ਆ ਜਾਵੇ 10 ਦਿਨਾਂ 'ਚ ਕਿਤਾਬ ਪੜ੍ਹ ਕੇ ਔਰ ਪੇਪਰ ਕਲੀਅਰ ਕਰਕੇ ਦੱਸ ਦੇ, ਨਹੀਂ ਹੋਵੇਗਾ, ਕਾਲਣਾ ਕਰਨੀ ਪੜੇਗੀ, ਚੰਗੀ ਕਾਲਣਾ ਕਾਲਣੀ ਪਊਗੀ ਉਹਨੂੰ, ਫਿਰ ਜਾ ਕੇ ਬਣੂਗਾ। ਹਾਂ ਐਵੇਂ ਹੋ ਸਕਦਾ ਉਹਨੂੰ 6 ਘੰਟੇ ਲੱਗਦੇ, ਤੁਹਾਨੂੰ 6.5-6.5 ਘੰਟੇ ਲੱਗ ਜਾਣਗੇ, ਬਸ ਉਹ 6 ਘੰਟੇ ਪੜ੍ਹਦਾ ਹੈ ਰੋਜ਼, ਤੁਸੀਂ 6.5 ਘੰਟੇ ਪੜ੍ਹ ਲਓ, ਤੁਸੀਂ ਉਹਦੇ ਬਰਾਬਰ ਰਹੋਗੇ ਔਰ ਅਖੀਰ 'ਚ ਉਹਨੂੰ ਪਿੱਛੇ ਛੱਡ ਜਾਓਗੇ। ਅਧਿਆਪਕ ਦੀ ਕੀ ਭੂਮਿਕਾ ਹੈ ਉਸ ਦੀ ਗੱਲ ਕਰੀਏ। ਅਧਿਆਪਕ ਦੀ ਭੂਮਿਕਾ ਇਹ ਹੈ ਕਿ ਉਹ ਬੱਚੇ ਦੀ ਜਿਹੜੀ ਭਾਵਨਾਤਮਕ ਬੁੱਧੀ ਹੈ ਉਹਦਾ ਵਿਕਾਸ ਕਰੇ, ਪਾਠਕ੍ਰਮ ਦੇ ਨਾਲ ਨਾਲ ਪਾਠਕ੍ਰਮ ਵੀ ਪੜ੍ਹਾਵੇ, ਉਸਦੇ ਨਾਲ ਨਾਲ ਉਹ ਜੀਵਨ ਜਾਚ ਸਿਖਾਵੇ, ਭਾਵਨਾਤਮਕ ਬੁੱਧੀ ਦਾ ਵਿਕਾਸ ਸਿਖਾਵੇ, ਆਪਣੇ ਆਲੇ ਦੁਆਲੇ ਆਪਣੇ ਸਾਥੀਆਂ ਆਪਣੇ ਪਰਿਵਾਰ ਸਮਾਜ ਦੇ ਅੰਦਰ ਐਡਜਸਟਮੈਂਟ ਕਰਨਾ ਸਿਖਾਵੇ, ਉਹ ਦੂਜਿਆਂ ਦੀ ਭਾਵਨਾ ਨੂੰ ਸਮਝ ਸਕੇ, ਕਦਰ ਕਰ ਸਕੇ, ਉਹਨੂੰ ਗੱਲਬਾਤ ਕਰਨ ਦਾ ਤਰੀਕਾ ਆਵੇ, ਉਹ ਸਹੀ ਤਰੀਕੇ ਨਾਲ ਆਪਣੀ ਗੱਲ ਰੱਖ ਸਕੇ, ਅਗਲਿਆਂ ਦੀ ਗੱਲ ਸੁਣ ਸਕੇ, ਇਹ ਸਾਰੀਆਂ ਗੱਲਾਂ ਦਾ ਵਿਕਾਸ ਹੈ ਜਿਹੜਾ ਉਹ ਅਧਿਆਪਕ ਨੇ ਕਰਨਾ ਹੈ। ਜਦੋਂ ਇਹ ਅਧਿਆਪਕ ਕਰ ਦੇਗਾ ਉਹ ਹੋ ਜਾਵੇਗਾ। ਤੁਸੀਂ ਵੇਖਦੇ ਹੋਵੋਗੇ ਅਧਿਆਪਕ ਆਪਣੇ ਪਾਠਕ੍ਰਮ ਦੇ ਨਾਲ ਨਾਲ ਇਹਨਾਂ ਗੱਲਾਂ ਨੂੰ ਵੀ ਸਿਖਾਉਂਦਾ ਹੈ। ਅਰੇ ਮਾਂ ਪਿਓ ਨੂੰ ਮਿਲ ਕੇ ਆਏ ਹੋ, ਉਹਨਾਂ ਦੇ ਅੱਗੇ ਨਹੀਂ ਬੋਲਣਾ, ਉਹਨਾਂ ਦੀ ਇੱਜ਼ਤ ਕਰਨੀ ਹੈ, ਪਿਆਰ ਨਾਲ ਬੁਲਾ ਲਓ, ਆਪਣੇ ਸਾਥੀਆਂ ਨੂੰ ਪਿਆਰ ਨਾਲ ਬੁਲਾ ਲਓ, ਇਹ ਸਾਰੀਆਂ ਗੱਲਾਂ ਉਹ ਸਿਖਾਉਂਦਾ। ਉਹ ਕੀ ਕਰ ਰਿਹਾ? ਉਹ ਤੁਹਾਡੀ ਭਾਵਨਾਤਮਕ ਬੁੱਧੀ ਦਾ ਵਿਕਾਸ ਕਰ ਰਿਹਾ ਭਈ, ਔਰ ਤੁਸੀਂ ਵੀ ਗਾਹ ਜਾ ਕੇ ਵਿਕਾਸ ਕਰਨਾ। ਕਿੰਨਾ ਸਰਲ ਚੈਪਟਰ ਸੀਗਾ, ਤੁਹਾਡੇ ਅੰਦਰ ਭਾਵਨਾਤਮਕ ਬੁੱਧੀ ਹੈ, ਉਹਦੀ ਤੁਸੀਂ ਵਰਤੋਂ ਕਰਦੇ ਹੋ,
जो तुम उन्होंने व्यवहार अपना लिया तो फिर एंड हो रहा है इस कंसैप्ट तो संकल्प के जोर नहीं आया जो तुम चीज आती है जो तो व्यवहार के अंदर हैगी है उसको तुम की करना है लागू करना है। और जब तुम लागू कर लिया तो गल बन गई भाई। तुम वीडियो में करना दब के सबसक्राइब भाई शेयर करो चैनल सबसक्राइब करो घंटी बजा दो ताकि नवी वीडियो मैं पाव आ सकते तुसी वो वेख सकते हो अपने टैलीग्राम चैनल दे नाल भी जुड़ सकते हो उससे काफ़ी किताबों की PDF है जो तुहानू मिल जाएगी सारे ही साथियों का।